समझ गया। हाँ हाँ जी कैसा दोस्तों, लगा की ये हाल गेम? चाल? अभी भी आ चुके हैं लाइव, घंटा डेढ़ घंटा खेडांगे लाइव। ते रात दा टाइम कहंदे हो चुके है जी, 12 बज चुके ने, भूतां दा टाइम। ते मीं दा भी टाइम हो गया, कहंदे मीं पै दे जा, ट्रैक्टर खोगे सी मुंडे केड़े कोले खेत, मैं भी आ जा। ਫੇਰ ਮਸ਼ੀਨ ਲੈ ਜਾ ਫੇਰ ਸਾਡੇ ਕੋਲ ਜਾ ਜਾ ਫੇਰ ਕੋਈ ਚੱਕਰ ਆਪਣੇ ਉਹਦਾ ਫਾਰਮ ਦਾ ਮਾਲ ਖਲਾਰ ਜਾ ਕਰੋ ਲੈ ਜਾਂਦੇ ਡੈਵਲ ਮੈਂ ਖਲਾਰ ਕੇ ਗਿਆ ਸੀ ਦੇਖ ਲਾ ਨਹੀਂ ਖਲਾਰ ਜਾ ਕਰੋ ਬਾਅਦ ਵੀ ਮਸ਼ੀਨਾਂ ਦਾ ਡੈਵਲ ਆ ਡੈਵਲ ਲੈ ਜਾ ਕਰੋ ਨਾ ਆਪ ਫੜ ਕੇ ਪਵਾਈ ਲਓ ਨਹੀਂ ਗਲਤ ਹੁੰਦਾ ਯਾਰ ਤੂੰ ਕੀ ਵੱਡੇ ਅੱਖਰਾਂ ਚ ਛੋਟਿਆਂ ਚ ਛੋਟਿਆਂ ਛੋਟਿਆਂ ਜਾਂ ਨਹੀਂ ਵੱਡਿਆਂ ਅਨਲੋਡ ਕਰ ਦਾਂ ਚਲੋ ਵੱਡੇ ਇੱਥੇ ਲਾ ਲੈ ਫਿਰ ਤੂੰ। ਹਾਂ ਕਰਦੇ ਹਾਂ ਲਾ ਲੈ ਆ ਗਿਆ ਕਰਨ ਗੇਮਿੰਗ ਜਗਮੀਤ। ਹਾਂਜੀ ਬਾਈ ਕੀ ਹਾਲ ਚਾਲ? ਤੈਨੂੰ ਮੈਨੇਜਰ ਬਣਾ ਦਈਏ ਆਪਾਂ, ਪੰਪ ਤੋਂ ਤੇੜ ਵੀ ਭਰਾ ਸਕਦੇ ਹੋ ਸਰ। ਫੁੱਲ ਆ ਗਿਆ ਆ ਧੱਕਾ ਵੀ ਕੀ ਕਰੀ, ਪੰਪ ਲਾ ਲਿਆ ਤੁਸੀਂ ਵੱਡੇ ਸਰਦਾਰ ਵੀਰੇ ਆ ਰਹੇ ਨਾਲ ਹਜ਼ੂਰ। ਟਰੈਕਟਰ ਸਰਕਾਰਾਂ ਦੇ ਵੀ ਚੱਕਰ ਨੇ, ਆਪਾਂ ਆਪਣੇ ਖੇਤ ਆ ਗੌਰਮੈਂਟ ਦੇ ਹੈ। ਅੱਛਾ ਇਹ ਗੌਰਮੈਂਟ ਦਾ ਜੀ ਅੱਛਾ ਪੈਣ ਲੱਗ ਗਿਆ, ਉਹ ਮੀਂਹ ਪੈਣ ਲੱਗ ਗਿਆ ਯਾਰ ਭਾਈ। ਵੈਬਸਾਈਟ ਲਈ ਭੇਜਿਆ ਹੋਇਆ ਮੇਰੇ ਭਰਾ ਆਪਾਂ ਮੋੜ, ਇਹ ਉਹ ਪਾਊਗਾ ਮੋੜ ਤਾਂ ਤੁਹਾਡੇ ਕੋਲ ਆਊਗਾ। ਇਹ ਸਿੰਪਲ ਦਿਓ ਤੁਹਾਨੂੰ ਮੋੜ ਆਪਣੀ ਵੈਬਸਾਈਟ ਕਰ ਲਓ, ਤੁਸੀਂ ਡਾਊਨਲੋਡ ਕਰ ਲਿਓ। ਨਵਾਂ ਕਿਹੜਾ ਜਾਂਦਾ ਓਏ, ਮੈਂ ਜਿੰਦੇ ਨਹੀਂ ਕੋਈ ਬੈਂਕ ਤੋਂ ਬਣਾ ਹੋਏ, ਦੇਖ ਤਾਂ ਲੈ ਯਾਰ ਕਿਹੜਾ ਤੂੰ ਨਾ ਹੋਇਆ ਨਾ ਅੰਨਾ ਹੋਇਆ ਕਹਿੰਦਾ ਉਹਦੇ ਨਸ਼ੇ ਚ। ਦੇਖ ਦੇਖ ਉਹ ਸਟੰਟ ਕਰਦਾ ਹੈ ਉਹ ਯਾਰ, ਅੱਛਾ ਇਸ ਤੋਂ ਜਿਹੜਾ ਕਾਉਂਟ ਹੈ ਫਾਰਮਾਂ ਦੀ ਥੋੜਾ ਜਿੰਨੇ ਜਿੰਨੇ ਸਾਨੂੰ ਦਿੱਤੀ ਹੈ ਮੇਰੇ ਸਾਹਮਣੇ ਗੇਟ ਤੋਂ ਹਟਾ ਦੇ ਇੱਕ ਵਾਰੀ ਯਾਰ, ਉਹ ਸੰਦ ਸਮਾਨੇ ਦਾ ਪਤਾ ਲੱਗ ਗਿਆ ਨਾ ਤੁਹਾਡੇ ਕੋਲ ਇੱਕ ਟਰੈਕਟਰ ਹੈ ਬਸ, ਸਾਰੇ ਖੇਤ ਤੁਹਾਡੇ ਲੱਗ ਗਏ ਕਾਕਾ ਦੇਵੇ ਜਿਹਨੂੰ ਤੱਕ ਲੈਂਦੇ ਅਪਲੋਡ ਕਰੂਗਾ ਵੈਬਸਾਈਟ 'ਤੇ, ਠੀਕ ਹੈ। ਅਸੀਂ ਆਪਣਾ ਕੰਮ ਕਰ ਦਿੱਤਾ ਹੈ ਬਾਈ, ਮੈਂ ਕਹਿੰਦਾ ਸਰਕਾਰੀ ਲੈਣਾ ਇੱਕ ਹੋਰ ਲੈਣਾ ਦੋ ਤਿੰਨ ਪਲੰਟਰ ਦੋ ਤਿੰਨ ਜੀ ਦੋ ਤਿੰਨ ਪਲੰਟਰ ਦੋ ਤਿੰਨ ਪਲੰਟਰ ਆ ਗਿਆ ਬਸ ਮੰਡੀ 'ਚ ਆਉਣਾ ਮੈਂ ਵੀ ਖਰੀਦਣਾ ਬਾਹਰ ਅੱਜ ਮੱਕੀ ਵੀ ਜਾ ਕੇ ਕਹਿੰਦੇ ਸੋਹਣੀ ਓਏ ਤੁਹਾਡੀ ਮਰਨਾ ਮੈਂ ਵੀ ਫਿਰ ਮੱਕੀ ਲਾ ਰਹਾ ਨਾ ਲਾਉਣ ਲੈਣਾ ਭਈ ਆਹ ਪਲਾਂਟਰ ਪਲੂੰਟਰ ਆਪਦੇ ਖਰੀਦੇ ਕਿ ਸਰਕਾਰੀ ਲਈ ਫਿਰਦੇ ਆ? ਮੇਰੇ
ਨਿਗਾਹ ਦਾ ਜ਼ੋਰ ਅਸਰ ਪੈਂਦਾ ਭਰਾਵਾ ਭਰਾਵਾ ਹੁਣ ਮੈਂ ਦਿਨ ਕਿੱਦਾਂ ਚੜਾ ਦਿਆਂ ਚੜ ਕੇ ਚੜੂ ਦਿਨ 7 ਵੱਜ ਗਏ ਹੁਣ ਕਿਸੇ ਨੇ ਟਾਈਮ ਤੇ ਇੱਥੇ ਤਾਂ ਕੀਤਾ ਸੀ ਯਾਰ ਕਿਸੇ ਨੇ ਨਹੀਂ ਕੀਤਾ ਸੀ ਉਹ ਸੌਫਟਵੇਅਰ ਆ ਬੋਕਾ ਅੱਛਾ ਦੱਸਿਆ ਕਰੋ ਨਾ ਫਿਰ ਉਹੀ ਗੱਲ ਆ ਫਿਰ ਕਹਿੰਦਾ ਬੂਟਾ ਗਲਾ ਜਿਹੜਾ ਸਾਢੇ 7 ਵਜੇ ਵੀ ਦਿਨ ਨੀ ਚੜਿਆ ਹੈ ਮੈਨੂੰ ਦੱਸੋ ਵੀ ਕੀ ਚੀਜ਼ ਚਾਹੀਦੇ ਸਾਨੂੰ ਪਲਾਂਟਰ ਖਰੀਦੇ ਸਰਕਾਰੀ ਚ ਸਰਕਾਰ ਆ ਦੇਖ ਯਾਰ ਅਸੀਂ ਤਾਂ ਬੈਲ ਤੇ ਜਾਂਦਾ ਚੁਕਾ ਲਈਏ ਆ ਲਓ ਬਾਈ ਤਿੰਨ ਲੈਦੇ ਆ ਕੀ ਹੁੰਦੇ ਨੇ ਤੁਹਾਡੇ ਮੇਰੇ ਹਿਸਾਬ ਨਾਲ ਮੇਰੇ ਕੋਲ ਮੋੜ ਨਹੀਂ ਪਾਉਂਦਾ 6000 ਉਹ ਜਿਹੜਾ ਹੈ ਇਹਦਾ ਚਪੇੜ ਮਾਰੋ ਓਏ ਅੱਜ ਉਹ ਥਾੜ ਦੱਸ ਆਕਾਸ਼ ਬਰਾੜ ਹੈਲੋ ਬਾਈ ਕੀ ਹਾਲ ਚਾਲ ਹੈ ਹਜ਼ੂਰ ਸਾਡੇ ਟਰੈਕਟਰ ਤੋਂ ਉਤਰੋ ਬਾਈ ਕਿਹੜਾ ਮੇਰੇ ਟਰੈਕਟਰ ਤੇ ਬਣਾਈ ਚੱਕੋ ਇੱਕ ਬੈਗ ਚੱਕ ਇੱਕ ਬੈਗ ਮਸ਼ੀਨ ਲਾ ਕੇ ਦੇਵਾ ਨੂੰ ਹਜੂਰ ਹਾਂਜੀ ਆ ਭਰ ਲੈ ਬਾਈ ਇੱਥੇ ਮੈਂ ਸਮਾਨ ਲੈ ਕੇ ਰੱਖਦਾ ਓਕੇ ਆ ਡਾਟ ਕਰੋ ਆ ਛੱਡੋ ਬਾਈ ਡਾਟ ਗਿਆ ਕਿੱਥੇ ਮੇਰਾ ਆ ਦੇ ਨਾ ਮੇਰਾ ਬਾਈ ਚੱਲਦਾ ਸਵਰਾਜ ਮਗਰ ਪਾਲਾ ਪਲਾਂਟਰ ਇੱਕ ਹੈ ਕਿ ਸਾਡੇ ਕੋਲ ਦੋ ਹੁਣ ਤੁਸੀਂ ਦੇਖੋ ਕਰਨਾ ਕੀ ਅੱਗੇ ਉਹ ਖਾਲੀ ਨਹੀਂ ਲੱਗਿਆ ਮੈਂ ਭਰਿਆ ਵੀ ਕਾਰਨ ਲਾਉਣੀ ਹੈ ਕਾਰਨ ਕੋਲੇਜ ਨਾਲ ਲੱਗਦੀ ਨਹੀਂ ਜਰਾ ਮੈਨੂੰ ਇਹ ਕਲੀਅਰ ਨਾ ਪ੍ਰਾਪਤ ਓਏ ਉਹ ਸੁਪਰ ਕਿੱਟਰ ਹੈ ਤੁਮ ਬਟ ਲਿਫਟ ਹੀ ਬੜੀ ਚੱਕਦਾ ਉਹ ਨਾਟ ਗਿਆ ਚੈੱਕ ਕੀਤੀ ਦੇਖ ਬਸ ਦੋ ਨੇ ਦੋ ਮਸ਼ੀਨ ਮਾਰੇ ਨਾ ਬਾਈ
ਲਿਆ ਬਈ ਲਿਆ ਵੀ ਆਪ ਦਾ ਲੈ ਗੱਲ ਕਰ ਪੈਸੇ ਦੇ ਦੇਗੇ ਬਾਅਦ ਸੀ ਮੇਰੇ ਕੋ ਪਿਆ ਮੇਰੇ ਕੋ ਮੇਰੇ ਕੋ ਮਤਲਬ ਵੀ ਹੈ ਜਿੱਦਾਂ ਨਹੀਂ ਕੰਦ ਨਹੀਂ ਪਾਉਣਾ ਉੱਥੇ ਜਾ ਕੇ ਖੇਤ ਅੱਗੇ ਪਾਇਆ ਕਲੀਅਰ अरे बोला अरे बोला हौली हौली तेज फड़ता नाट गया फिर तक जानता है दूर तो फिर नहीं सुनता किसी मेरा हौली है भाई दूजे कूजे ला खास बात दूजे कूजे इधर तो लाइए ना दूजे कूजे ला ਇਕ ਤਾਂ ਯਾਰਾ ਬਹੁਤ ਤੰਗ ਕਰਦਾ ਦਰਮਟ ਸਾਈ ਇਹਨੂੰ ਕੱਢ ਦੇ ਮੈਨੂੰ ਰੱਖ ਲੈ ਤੇ ਉਹ ਕੋਈ ਲੱਤ ਕਰਦਾ ਅੱਜ ਫਾਈਲ ਤੇ ਲੱਗਾ ਆਪੋ ਦੇ ਦਿੱਤਾ ਤੇ ਮੈਂ ਉਹ ਟੈਕਸ ਤੋਂ ਕੰਮ ਲਾਵਾਂ ਘਰ ਬੋਲਦਾ ਮੈਂ ਇਹ ਰਿਹਾ ਅਗਰਦਾ ਬੋਗਦਾ ਯਾਰ ਮੈਂ ਚੱਟ ਦਾ ਨਾਟ ਗਿਆ ਰਾ ਉਹ ਰੇ ਨਾ ਨਾਟ ਗਿਆ ਬਾਈ ਲਿਫਟ ਡਾਊਨ ਹੋ ਗਈ ਤੇ ਟੈਕ ਨਹੀਂ ਆਉਂਦੇ ਇੰਨੇ ਹੀ ਆਉਣਾ ਤੋ ਜੀ ਤਾਂ ਮੈਂ ਲਿਫਟ ਡਾਊਨ ਹੋ ਗਈ ਤੇ ਬੱਲੇ 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 ਕਿੱਥੇ ਹੈ ਤੂੰ ਦੂਰ ਹੈ ਭਰਾਵਾ ਇੱਕ ਹੌਰਨ ਮਾਰ ਕੇ ਲੰਘਿਆ ਕੋਲ ਨਹੀਂ ਮੈਂ ਤਾਂ ਇੱਧਰ ਫਿਰਦਾ ਦੂਜਾ ਹੁਣ ਗਾ ਕੇ ਵੀ ਹੌਰਨ ਮਾਰੇ ਪਰ ਸੱਪੜੇ ਨਹੀਂ ਤੁਹਾਡੇ ਤੱਕ ਮੇਰੇ ਵੀ ਭੱਜੀ ਗਿਆ ਟਰੈਕਟਰ ਜਾ ਮੁੰਨਾ ਆ ਗਿਆ ਨਾ ਬਹਿਦਾ ਅਗੇ ਲੇਟ ਹੋ ਗਏ ਬਾਈ ਥੋੜਾ ਜਿਹਾ ਹੋ ਗਿਆ ਲੇਟ ਯਾਰ ਬਾਈ ਯਾਰ ਜੀ ਸਾਡੀ ਸਾਡੀ ਕਿਤੇ ਚੱਲ ਓਏ ਇੱਕ ਮਿੰਟ ਤੱਕ ਚੱਲ ਇਹ ਟਰੇਨ ਬਹੁਤ ਕੁੰਨਾ ਆ ਗਿਆ ਉਹ ਲਿਆ ਖਾਲੀ ਕਰਾ ਕੇ ਆ ਗਿਆ ਯਾਰ ਉਹਦੇ ਵਿੱਚ ਬੜੀ ਸਮਝ ਦੇ ਬਾਈ ਅੱਜ ਕੈ ਪਿਆ ਸਿੰਘ ਬੋਏ ਬਾਡੀ ਕਿਹੜੀ ਪਾਈ ਇਹਦੇ ਵਿੱਚ ਬਈ ਫੈਮਲੀ ਦਾ ਰਹਿਣਾ ਭਰਾਵਾ ਤੈਨੂੰ ਪਤਾ ਲੇ ਰੁਚੀ ਦਾ ਠੀਕ ਹੈ ਤਾਂ ਕਰਕੇ ਓਏ ਛੋਟੇ ਗੇਅਰ ਗਾਲ ਲਿਆ ਕਰੋ ਜ਼ਰੂਰ ਛੋਟਾ ਹੀ ਹੈ ਬਾਈ ਜਦੋਂ ਖਵਣ ਲੱਗੇ ਨਾ ਲਿਫਟ ਚੱਕੀ ਦੀ ਹੁੰਦੀ ਆ ਉਦੋਂ ਆਉਂਦਾ ਦੇਖ ਓਏ ਉਰੂ 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 ਕਰੀਏ ਯਾਰ ਕਹਾਂ ਓਏ ਇਸ ਆਪਣੇ ਸਿੱਧੇ ਕਰ ਲਈਏ
ਬੈਕ ਚੱਲ ਮੈਂ ਕਰਦਾ ਉਹਨੂੰ ਕੱਢਦਾ ਬੈਕ ਕਰ ਬੈਕ 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 ਕਰ ਇਸ ਲਾਲੀ ਮੈਂ ਇਸ ਲਾਲੀ ਮੈਂ ਫਿਰ ਪੰਜ ਕੋ ਭਾਈ ਲਿੰਕ ਨਾ ਉਹਦੇ ਮਿਲੂਗਾ ਵੈਬਸਾਈਟ ਤੇ ਠੀਕ ਆ ਮੈਂ ਮੁੰਡੇ ਦੀ ਵੈਬਸਾਈਟ ਤੇ ਹਜ਼ੂਰ ਲਿਫਟ ਚੱਕ ਲੈ ਚੱਲ ਬਾਈ ਛੋੜਦੇ ਸੱਤੇ ਲਿਫਟ ਛੋੜਦੇ ਮੈਨੂੰ ਤਾਂ ਕੋਈ ਚੱਕਰ ਹੀ ਨਹੀਂ ਮੈਂ ਤਾਂ ਮੈਂ ਫਿਰ ਗੇੜਾ ਲਾ ਰਿਹਾ ਤੂੰ ਤੂੰ ਪਹਿਲਾਂ ਪਟਾਈਟਰ ਭਰੇ ਕਰੇ ਤੂੰ ਸਾਡੀ ਬਾਈ ਕੋਲਿੰਗ ਪਾ ਰਹਾ ਇਹਨੂੰ ਟੋਚ ਨੂੰ ਖਰੀਦਿਆ ਪਰ ਟੋਚ ਨਹੀਂ ਜੀ ਮੈਂ ਹੀ ਕਰ ਦੂੰ ਪਰੇ ਤਾਂ ਹੋ ਓਏ ਉਹਨੂੰ ਦੱਬ ਪਹਿਲਾਂ ਉਹ ਜਨਾਬ ਫਸ ਗਿਆ ਨਾ ਉਹ ਦੱਬ ਜਿਹੜਾ ਅਮਨ ਇੱਥੇ ਸਾਈਡ ਤੇ ਕੱਢ ਕੇ ਲੈ ਜਾ ਉਹ ਦੱਬ ਨਹੀਂ ਕਰ ਲਓ ਸਰ ਹਜ਼ੂਰ ਫੋਨ ਕਰ ਹਜ਼ੂਰ ਗੇਅਰ ਛੋਟਾ ਗਾਲੀ ਦਾ ਹੁੰਦਾ ਹਰ ਕਿਸੇ ਚੀਜ਼ ਦੀ ਖਾਤਰ ਉਹ ਤੋਂ ਫਸਲ ਬੀਜੀ ਨਾ ਖਰਾਬ ਕਰੀ ਚੱਲ ਜਾ ਆ ਨਾੜ ਗਿਆ ਲੈ ਲਾ ਮੈਨੂੰ ਦੇ ਦੇ ਕੇ ਆਉਂ ਨੇੜੇ ਵਜੇ ਆਵਾ ਕੱਟ ਲੈ ਮੈਂ ਸਵਰਾਜ ਫੜ ਲੈ ਤੂੰ ਸਵਰਾਜ ਤਾਂ ਐਡਾ ਤਕੜਾ ਤਾਂ ਉਹ ਵੀ ਦੇ ਉਹ ਹੁੰਦਾ ਨਾਲੇ 20 ਦੋ ਦੱਬੜੀਆਂ ਨੇ ਵੈਨ ਵਾਲੀ ਤੇ ਦੂਜੀ ਵੀ ਡੇਢ ਤਾਂ ਬਾਹਰ ਸਵਰਾਜ ਬਾਟਾ ਵੜਦਾ ਜਿਹੜਾ ਕਹਿੰਦੇ ਖਾਊਦਾ ਚਲਾਉਣਾ ਨੀ ਹੁੰਦਾ ਮੈਂ ਦੂਜੀ ਸਾਈਡ ਤੋਂ ਸ਼ੁਰੂ ਹੋ ਰਿਹਾ ਹੁਣ ਕਹਿੰਦਾ ਉਹ ਚ ਪ੍ਰੋਬਲਮ ਲੈ ਦੱਸ ਕੀ ਕਰੇਗਾ ਇਹਨਾਂ ਦਾ ਆ ਕੇ ਲਪੇੜੇ ਮਾਰ ਓਏ ਭਾਰਾ ਵਾ ਇਹ ਤਾਂ ਫੜੀ ਨਾ ਓ ਯਾਰ ਇਹਨਾਂ ਨੂੰ ਬੱਤ ਕੱਟੇ ਤੇਰਾ ਫੁੱਫੜ ਇੱਕ ਵਾਰੀ ਤੇਰਾ ਫੁੱਫੜ ਉਦੋਂ ਭਾਰਾ ਇਹ ਸਵਰਾਜ ਤੋਂ ਯਾਰ ਮੁੜਦਾ ਨੀ ਥੱਲੇ ਇੱਕ ਮਿੰਟ ਹਰਮਾਨ ਕਾਲੀ ਘੱਟ ਕਰ ਮਾਂ ਲੱਗਦਾ ਵੀ ਜਿੰਨਾ ਤੁਸੀਂ ਮੱਕੀਆਂ 'ਚ ਬੀਜ ਦਿਓਗੇ ਓਨੀ ਨਿਕਲਣੀ ਭਰਾਵਾ ਮੈਂ ਪਹਿਲੀ ਗੱਲ ਤੈਨੂੰ ਸੁਣਿਆ ਨੀ ਮੈਂ ਕਿਹਾ ਕੀ ਆ ਗੱਲ ਮੈਂ ਕਿਹਾ ਵੀ ਮੁੰਡੇ ਨੂੰ ਭੇਜਤਾ ਵੈਬਸਾਈਟ 'ਤੇ ਉਹ ਜਦੋਂ ਅਪਲੋਡ ਕਰ ਦੂੰ ਮਿਲ ਜੂਗਾ ਗੁਰਸੇਵਕ ਸਿੰਘ ਕਿਵੇਂ ਆ ਬਈ ਆ ਦੇ ਹਜ਼ੂਰ ਯਾਰ ਚਾਰ ਗੇੜੇ ਲਾ ਤੇ ਪਤਾ ਨਹੀਂ ਕੀ ਕਰੀਏ ਨੇ ਤੁਸੀਂ ਐਂ ਤਾਂ ਮੱਕੀ ਬੀਜੀ ਖੜੇ ਫਿਰ ਲੈ ਗੱਲ ਸੁਣ ਜਦੋਂ ਪਤਾ ਲੱਗਿਆ ਨਾ ਵੀ ਟਰੈਕਟਰ ਖੋਲਣ ਲੱਗਿਆ ਠੀਕ ਹੈ ਵੈਨ ਵਾਲੀ ਬੀਜ ਦੱਬ ਕੇ ਲਿਫਟ ਚੱਕ ਲਈ ਸਮਝਿਆ ਬਾਈ ਉਹ ਵੀ ਇਹਦੀ ਲਿਫਟ ਮਾੜੀ ਮੋਟੀ ਹੁੰਦੀ ਹੈ ਪੂਰੀ ਉਹ
यार मेरा तो बीज ही कदम मैं कहला बीज तो डाउन किया है पैर नहीं थले लाता दूजा ए नहीं करता पता करे कि
ਸਾਡ ਕਰਾਂ ਸੱਤੀ ਟਾਇਰ ਲਾਉਂਦਾ ਚੱਲ ਤੇ ਕੀ ਕਰਦਾ ਵਾ ਲਾਵਾ ਬਈ ਕਰ ਗਿਆ ਲੈਫਟ ਤਾਂ ਚੱਕ ਲੈ ਦੀ ਤੇ ਮੈਂ ਤਾਂ ਚੱਕ ਨਹੀਂ ਕਰੋ ਯਾਰ ਬੈਗ ਗਿਰ ਪਈ ਬੈਠਾ ਯਾਰ ਖੁੱਦਾ ਪਾ ਯਾਰ ਯਾਰ ਗੁੱਦਾ ਜੀ ਸਕੋਰ ਟਰੈਕਟਰ 800 ਯੂਰੋ ਸੋਰੀ 800 ਰੁਪਏ ਦਾ ਕਿੱਧਰ ਕੀ ਕਰੀਏ ਨਾ ਹਾਂਜੀ ਯਾਰ ਗੇੜਾ ਤਾਂ ਪੂਰਾ ਕਰ ਜਾ ਕਰੋ ਖੇਤ ਚੋਂ ਕੱਢ ਕੇ ਲੈ ਗਿਆ ਟਰੈਕਟਰ ਸੀਡ ਪਾਓ ਤੇ ਫਰਟੀਲਾਈਜ਼ਰ ਸੋਇਲ ਵਾਲਾ ਪਾਓ ਮਸ਼ੀਨ ਆਪਣੀ ਲੈ ਲਈ ਹੋਵੇ ਆਹ ਵੀ ਲੈ ਲਈ ਹੋਈ ਜਿਹੜਾ ਸਰਦਾ ਲੈ ਸਕਦਾ ਬਈ ਫੌਜੀ ਬੰਦਾ ਹੈ ਇਹਨਾਂ ਨੂੰ ਪਰੇ ਦੁੱਜੇ ਲੈ ਲਓ ਜੀ ਮੈਂ ਆਪੀ ਕਿਨੂੰ ਅਰਬਿਟਰੀ ਕਰਾ ਜੀ ਸੂਪਰ ਪੈਲ ਦੀ ਕਿਸੇ ਨੇ ਕਰਨਾ ਕੋਨਾ ਸੀ ਨਾ ਮੱਕੀ ਬੀਜ ਰਹੇ ਮੱਕੀ ਬੀਜ ਰਹੇ ਅੱਜ ਦਾ ਫਿਰ ਬੋਲਿਆ ਨਹੀਂ ਨਹੀਂ ਮਹਾਰਾਸ਼ਟਰ ਜਿਹੜਾ ਮੱਦੀ ਲਾਵੇ ਰਾਸ਼ਟਰੀ ਕਰੂਜ਼ ਹੀ ਲਾਉਣਾ ਨਹੀਂ ਅਰਮਾਨ ਜਿਹੜਾ ਥਾਂ ਛੱਡਿਆ ਕੌਣ ਬੀਜੂ ਲਾਉਣਾ ਇੱਕ ਟਰੈਕਟਰ ਖੋਬਾ ਥਾਂ ਛੱਡਿਆ ਮੈਂ ਤਾਂ ਬੀਜ ਤਾਂ ਜਿਹਨੇ ਬੀਜਣਾ ਸੀ ਆ ਲੈ ਤਾਂ ਇੱਧਰ ਮੈਂ ਲਾ ਦੇਣਾ ਬਾਕੀ ਉੱਧਰ ਲਾ ਦੇਣਾ ਬਾੜ ਛੋਟੀ ਹੈ ਕਿਉਂਕਿ ਉਹ 2 ਕਿਲੋ ਦੀ ਬਾੜ ਹੋਊਗੀ ਉਹਨਾਂ ਦਾ ਤੁਸੀਂ 10 ਫੁੱਟ ਦਾ ਪਾਸਾ ਫਰਕ ਮਾਰਿਆ ਕਰੋਗੇ ਫਿਰ ਉਹ ਨਹੀਂ ਆਉਂਦੇ ਅੱਜ ਪਰ ਮੈਨੂੰ ਤੂੰ ਪਾਗਲ ਹੈ ਓਏ ਕੋਈ ਇਹ ਇਹਨੇ ਕਿਨੇ ਟਰੈਕਟਰ ਚਲਾਇਆ
ਮੇਰੇ ਕੋਲ ਆ ਜਾਂਦੇ ਵੀ ਥਾਂ ਛੱਡ ਕੇ ਪਿੰਡ ਚੋਣ ਲੱਗ ਗਿਆ ਉਹਦੇ ਨਾਲ ਨਾਲ ਲੈ ਆ ਟੈਕਸੀ ਵੀ ਠੀਕ ਆ ਵੀ ਕਿਹਨੇ ਦੂਜਾ ਟੈਕਸੀ ਚੁੱਕ ਲਿਆ ਹਾਂ ਇਹ ਇਹਨੂੰ ਇਹਦੇ ਤੇ ਕੌਣ ਦੀ ਲੋੜ ਹੀ ਨਹੀਂ ਪੈਂਦੀ ਲੈ ਉਹ ਲੈ ਜਾ ਉਹ ਮੈਨੂੰ ਟੈਕਸੀ ਦੀ ਕੋਈ ਵੱਖਰਾ ਦੇ ਦਿੰਦਾ ਦੇਖੀ ਚੱਲ ਉਹ ਦੇਖ ਉਹ ਕਿੱਧਰ ਨੂੰ ਵਗਿਆ ਮੱਕੀ ਨੀ ਲਾਉਂਦੀ ਮੱਕੀ ਲਾਈ ਹੈ ਤੁਸੀਂ ਵੀਰ ਦਾ ਕਿਹੜਾ ਲਾਇਆ ਮੈਂ ਉਹ ਵੀ ਵੀਰ ਦਾ ਹੀ ਲਾਈ ਜਾਂਦਾ ਕਣਕ ਬੀਜੀ ਹੋਏ ਮੈਂ ਵੀ ਦੋ ਘੰਟੇ ਕਰਕੇ ਮੱਕੀ ਸਰਕਾਰੀ ਛੱਡ ਦੋ ਸਰਕਾਰੀ ਚੱਕ ਲਿਆ ਨਹੀਂ ਸਰਕਾਰੀ ਇੱਥੇ ਲੱਗ ਜਾਣਾ ਪੈਣਾ ਬਾਈ ਪਹਿਲਾ ਸਰਕਾਰੀ ਟਰੈਕਟਰ ਹੀ ਹੈ ਨੀ ਕੋਈ ਆ ਖੜਾ ਉਹ ਪਲਾਂਟਰ ਪਿਆ ਕਿਸੇ ਕੋਲ ਵਿਹਲਾ ਸਰਕਾਰੀ ਲੈਣਾ ਨਹੀਂ ਯਾਰ ਐਂ ਕਿੰਨੇ ਕੁ ਲੈ ਲਈਏ ਫਿਰ ਲੋੜ ਥੋੜ੍ਹੀ ਉਹਦਾ ਕਿਸੇ ਕੋਲ ਪਲਾਂਟਰ ਪਿਆ ਪਲਾਂਟਰ ਵਿਹਲਾ ਹੈਲੋ ਕੋਲ ਲੈ ਲਾ ਬੀਜਣ ਡੈ ਕੋਹ ਕਣਕ ਫਿਰ ਨਾ ਬੀਜ ਨਾ 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 ਤੂੰ ਇਥੋਂ ਨਿਕਲ ਬਸ ਉਹ 46 ਚੱਲੋ ਮੈਂ ਆਉਣਾ ਉੱਥੇ ਹਜ਼ੂਰ ਐ ਕਰ ਤੂੰ ਸਵਰਾ ਛੱਡ ਕੇ ਨਾ ਸਰਕਾਰੀ ਚੱਕ ਲਾ ਉੱਥੋਂ ਮੈਂ ਕਹਿ ਦੂ ਉਹਨਾਂ ਨੂੰ ਹਜ਼ੂਰ ਤੇ ਮੇਰੇ ਕੋਲ ਆ ਵੀ ਗਿਆ
ਜੂ ਨੇ ਕਹਿੰਦਾ ਵੀ ਤੂੰ ਸਰਕਾਰੀ ਟਰੈਕਟਰ ਚੱਕ ਲੈ ਨੜ ਆ ਛੱਡ ਦੇ ਸਵਰਾਜ ਇੱਥੋਂ ਤੇ ਜੌਨ ਡੀਅਰ ਖੜਾ ਓਏ ਹੁਣ ਮੱਕੀ ਸਿਲੈਕਟ ਕਰੀਏ ਆ ਕੁਕੜੀਆਂ ਦਾ ਫੂਡ ਡਾਊਨ ਲੋਕ ਕਰੀ ਬੈਠਾ ਸੈੱਟ ਕਰੀ ਬੈਠਾ ਪਤਾ ਨਹੀਂ ਕਿਹੜਾ ਇਹਦਾ ਅੰਮ੍ਰਿਤ ਦੇ ਕੰਮ ਹੋਣੇ ਅੰਮ੍ਰਿਤ ਤੂੰ ਆਹ ਟਰੈਕਟਰ ਛੱਡ ਕੇ ਬਾਈ ਉੱਥੋਂ ਜੌਨ ਡੀਅਰ ਚੱਕ ਲਿਆ ਸਰਕਾਰੀ ਵਾਲਾ ਮੇਰੇ ਕੋਲ ਕੀ ਕਹਿੰਦਾ ਹੁਣ ਆਪਣੇ ਖੇਤ ਆ ਗਏ ਦੇਖੋ ਪਾਣੀ ਖੜਾ ਯਾਰ ਤਲਾਬ ਬਣਿਆ ਪੈਸਾ ਪਿਛਲੇ ਪਾਸੇ ਚਲ ਮੈਂ ਪਾਣੀ ਵਾਲ ਚ ਮੈਂ ਕਿਹੜੇ ਲਾਉਣਾ ਫਿਰ ਕੀ ਬਹਿ ਜਾਂਦਾ ਉੱਥੇ ਕੋਈ ਨਾ ਮੈਂ ਟਪਾਊ ਤਰੀਕੇ ਨਾਲ ਦੂਜੇ ਲੈ ਆਉਂਦੇ ਲਾਉਣਾ ਇੱਥੇ ਕਟਾਲਾ ਵਾਲਾ ਵਾਪਸ ਸਰਕਾਰੀ ਇਹ ਹੈਗੀ ਮਸ਼ੀਨ ਕੋਈ ਹੋਰ ਟੁੱਟੀ ਵਾਲੀ ਨਹੀਂ ਹਾਂ ਬ੍ਰੋ ਪਹਿਲਾਂ ਤੇਰਾ ਸਮਰ ਨਾ ਹੀ ਲੈਣਾ ਸਮਰ ਨਹੀਂ ਉਹ ਖਲਤਾ ਹੀ ਰਹਿੰਦਾ ਸੀ ਜਿਹੜੇ ਚਾਰ ਰੁਪਏ ਫਸਲ ਚੋਂ ਬਚਨੇ ਉਹ ਇਹਨੇ ਐਂਡ ਪਾ ਦੇਣੇ ਲਾਈਕ ਕਰੋ ਸ਼ੇਅਰ ਕਰੋ ਯਾਰ
ਕਿਵੇਂ ਕਿਵੇਂ ਬਈ ਮੇਰੇ ਵਾਲੇ ਚ ਤਾਂ ਘੱਟੋ ਘੱਟ 2 ਲੱਖ ਰੁਪਏ ਮੈਨੂੰ ਲੱਗ ਗਿਆ ਠੀਕ ਜਿਹਾ ਬਣਿਆ ਮੈਂ ਸਮਾਨ ਲਿਆਉਂਦਾ ਸੀ ਕਦੇ ਕੀ ਕਰਦਾ ਸੀ ਐਂ ਚੱਲਦਾ ਰਹਿੰਦਾ ਸੀਗਾ ਇਕੱਲਾ ਹੌਲੀ ਹੌਲੀ ਲਿਆਇਆ ਸਮਾਨ ਕੱਠਾ ਨਹੀਂ ਲੱਗਿਆ ਵੈਸੇ ਤੂੰ ਟੇਢਾ ਲਾਉਣਾ ਜਿੱਥੇ ਮਰਜ਼ੀ ਜਾ ਗੇੜਾ ਤਾਂ ਮੈਂ ਤੇਰੇ ਬਰਾਬਰ ਦੇਣਾ ਤੂੰ ਮੇਰੇ ਤੋਂ ਪਿੱਛੇ ਕਿੱਦਾਂ ਰਹਿ ਗਿਆ ਦੂਜੀ ਵੀ ਆ ਗਿਆ ਤੇਰੀ ਗੱਲ ਬਹਿ ਗਿਆ ਓਏ ਲੜ ਗਿਆ ਬਹਿ ਗਿਆ ਨਾ ਮੈਂ ਰੇਸ ਤੋਂ ਪੈਰ ਨਹੀਂ ਛੱਡਿਆ ਤਾਂ ਕਰਕੇ ਬਹਿ ਗਿਆ ਇੱਕ ਮਿੰਟ ਰੋਜ਼ਾ ਮੈਂ ਆ ਗਿਆ ਗੇੜਾ ਤਾਂ ਪੂਰਾ ਲਾ ਲਿਆ ਕਰੋ ਬਲੈਕ ਵਾਲਾ ਲਾ ਬਲੈਕ ਵਾਲਾ ਲਾਇਆ ਜੀ ਹਾਂ ਉਹ ਤੂੰ ਨਹੀਂ ਇਸ ਲਈ ਨਿਕਲ ਤੂੰ ਆਪੇ ਕਰਨ ਗਿਆ ਉਹ ਲੈਫਟ ਹੋ ਗਿਆ ਗਿਆ ਅਸਲੇ ਲੈਫਟ ਹੋ ਗਿਆ ਇਹ ਵੀ ਆਈ ਰਿਕਾਰਡ ਕਰਨ ਵਾਲਾ ਸੀ ਬੈਕ ਜਾਣ ਦੇ ਬੈਕ ਹੀ ਧੱਕਾ ਲਾ ਦੇ ਬੈਕ ਉਹ ਵੀ ਖਬੂਆ ਨਹੀਂ ਦੇਖ ਲਾ ਫੇਰ ਘੁੰਮਣ ਲੱਗ ਗਿਆ ਵੱਧਦੀ ਵੱਧਦੀ ਇੱਕੋ ਟਾਇਰ ਤੇ ਹੋ ਜਾਂਦਾ ਇੱਕ ਟਾਇਰ ਤੇ ਕਿਵੇਂ ਅੱਗੇ ਟੁੱਟਿਆ ਹੁੰਦਾ ਨਹੀਂ ਬਾਈ ਸਾਰਿਆਂ ਦੇ ਹੋਈ ਹਾਲ ਹੈ ਤੇਰਾ ਜਿਹੜਾ 126 ਨੰਬਰ ਆ ਉਹ ਤੇ ਖਲੋਤਾ ਬੰਦ ਕਿਤੇ ਚਾਰ ਪਾਇਆ ਅਰਮਾਨ ਨੇ ਨਾਲ
चल पर किता ब्लॉक हो गया भाई लैपटॉप। हाँ भाई चल पूरी चल भाई मैं आ जाते हेल्पर लाया है भाई ओरे मैं चले आया उठे तुम्हें ओरे मैं चले आया खड़ा उठे मैं हम तू बैठ किधर रहा है तू फट के गया थी मैं अरे मेरा मैं तो ही मैं कहता तू बारो बार भी लाता तो मैं उधर बिजल के एक बारी रमन की हाल चाल है भाई इधर शुरू हो जाएगा मेरे वाले भी फाइनल गेम में हो मैं तो देख रहा कोई हर पर लाया बढ़िया बढ़िया और की हाल चाल है उस मालिक का बात कितना है लोग कहीं लगा तो देगी यार किन्हें मुंह का नहीं आ गया ना तो जब तक कहने पे रिजल्ट नहीं मिला तो वो भी हैगा टाइम वाला भी ठीक है लंदा की तरह ਹੁਣ ਸਪੈਸ਼ਲ ਹੋਣੇ ਆ ਟਾਇਰ ਉਹ ਸਪੈਸ਼ਲ ਮੈਸੇਜ ਕਰੇ ਉਹਨੂੰ ਸਪੈਸ਼ਲ ਆ ਕੇ ਦੇਵਾਂਗੇ ਸਪੈਸ਼ਲ ਰੇਟ ਭਾਈ ਉਹ ਦਾਵੜਾ ਤਾਂ ਇਹਨੇ ਆਹ ਟਾਇਰ ਜੀ ਹੈਗਾ ਉਹਦਾ ਕੀ ਦੱਸੀਏ ਬੋਲੋ ਮਸ਼ੀਨ ਭਰੀ ਆ ਉਹ ਸੈਟ ਕਿੱਦਾਂ ਦੀ ਕੀਤੀ ਨਾ ਵੀ ਬੰਦਾ ਕਰੇ ਮੰਗੇ ਡਰਾਈਵਰ ਮਾਡਲ ਲੇਕਿਨ ਨੱਚਣਾ ਹੁੰਦਾ ਦੂਰ ਆ ਗਿਆ ਪਾਣੀ ਦੇ ਨੇੜੇ ਉਹ ਤਾਂ ਕਰਨਾ ਨਾ ਮਾੜਾ ਬ੍ਰੇਕ ਤੇ ਮੋੜਦਾ ਟਰੈਕਟਰ ਨੂੰ ਫਿਰ ਦੂਜੇ ਪਾਸੇ ਧੋ ਜਾਂਦਾ ਨਹੀਂ ਰੈਗੂਲਰ ਤਾਂ ਨਹੀਂ ਛੁੱਟੀ ਦੇ ਹਿਸਾਬ ਨਾਲ ਹੁੰਦੀ ਹਰਮਨ ਬਾਈ ਹੁਣ ਤਿੰਨ ਚਾਰ ਦਿਨ ਰੈਗੂਲਰ ਹੋਊ ਭੈਣ ਦੇ ਯਾਰ ਨੇ ਵੀਹ ਕਿਹੜੇ ਲਾ ਦੇ ਕੋਈ ਤੁਸੀਂ ਡਰਾਈਵਰ ਲਾਇਆ ਹੋਇਆ ਬਹਿ ਗਿਆ ਹੈ ਜੀ ਬੈਠਾ ਕਹਿੰਦਾ ਬ੍ਰੇਕ ਮਾਰਦਾ ਟਰੈਕਟਰ ਘੁੰਮ ਜਾਂਦਾ ਫਿਰ ਤੁਸੀਂ ਉੱਤੇ ਬੈਠੇ ਜੀ ਹਾਂ ਉੱਤੇ ਬੈਠਾ ਦੇਖੇ ਦਾ ਉਹਦੇ ਨਾਲ ਚਲ ਕੱਤੀ ਪਰਲੇ ਪਾਸੇ ਨੂੰ ਮੋੜ ਕੰਪਨੀ ਕੰਪਨੀ ਕਰਨ ਲੱਗੀ ਇੱਧਰ ਲਾ ਦਾ ਸਹੀ ਕਰਕੇ ਫਿਰ ਸਰਵਰ ਦੇ ਪਾਣੀ ਵਾਲਾ ਮੈਂ ਤਾਂ ਗੇਮ ਖੇਡਦਾ ਪਹਿਲੀ ਵਾਰ ਵੇਖਿਆ ਮੈਂ ਮੀਂਹ ਪੈ ਤੋਂ ਬਾਅਦ ਪਾਣੀ ਖੜਦਾ ਬਾਹਲਾ ਵੀ
ਮੇਰੇ ਵੀ ਚੌਥੇ ਮੇਰੇ ਪੈ ਜਾਂਦਾ ਹੈ ਮੇਰੇ ਵੀ ਉਸੇ ਵੇਲੇ ਡੋਰ ਹੀ ਪੈ ਜਾਂਦਾ ਤਾਂ ਬਦਲ ਵਾਰੀ ਹੋਈ ਪਈ ਆ ਇਹ ਚੀਜ਼ ਮੈਂ ਪਹਿਲੀ ਵਾਰ ਵੇਖੀ ਫਿਰ ਪੈਣਾ ਰਾਤ ਵਿੱਚ दो ट्रैक्टर जोड़ के फिर गेड़े लावांगे पानी विच दा बीजांगे जरूर ओता डेढ़ लग जाना ब्लैक दा ओ तो छड्ड के आया थोड़ा जिहा पंगे लैणे उधर ही फिर ब्लैक वाले लिया वे बाकी मैं देखा तुसी किवें जे बीज दे जगह छड्ड तां दित्ती कोई परले पासे चेक करे भाई आ इन्नी केने छड्डी सी आ मैं कर दूं इन दे परे परे देखते इन्ने थां मुंडे पानी पानी खड़ा आ थां दे विच सारे च इत्थे देखदे बीज के एक अपना इधर खेत पहला इत्थे गलत बीज दा सिस्टम बाकी देखदे कोई होर बाण मैं आखा ਉਹਨੇ ਕਹੀ ਲੱਗਦੇ ਕਿਦਾਂ ਇਹਨਾਂ ਟੈਕਰ ਤੇ ਨਹੀਂ ਹੁੰਦਾ ਮੇਰੇ ਨਾਲ 5 ਲੱਖ ਦਾ ਬਾਹਣਾ ਆ 2 ਦਾ ਮੈਂ ਕਹਿੰਦਾ ਵੇਚ ਕੇ 5 ਲੱਖ ਦਾ ਬਾਹਣਾ ਲੈ ਲਈ ਹੁਣ ਸਾਰਾ ਕੁਝ ਬੀਤ ਸਾਰੇ ਤੇ ਪਪਈਆ ਰਹਿ ਗਿਆ ਤਾਂ ਮੈਂ ਤਾਂ ਬਈ ਕਹੇ ਰੁਪਈਏ ਦੀ ਗੱਲ ਨਹੀਂ ਕਰਨੀ ਸੋਹਣਿਆ ਲੋਨ ਲੈਣਾ ਵੀ ਚੈੱਕ ਕਰ ਤੂੰ ਅਰਮਾਨ ਓਏ ਅਰਮਾਨ ਥੋੜੇ ਜਿਹੇ ਪੈਸੇ ਘੱਟਦੇ ਯਾਰ ਜੇ ਤੂੰ ਪੈਸੇ ਦੇ ਦੇ ਸਾਨੂੰ ਤਾਂ ਬਾਅਦ ਚ ਲੈ ਲਈ ਲੈ ਲਓ ਕਿੱਥੇ ਜੇ ਇੱਕ ਮਿੰਟ ਰੁਕ ਚਲ ਸਾਨੂੰ ਨੰਜਾ ਨੰਬਰ ਇੱਕ ਚ ਫਸਲ ਦੇਖਣ ਦੇ ਕੀ ਲੱਗਿਆ ਪੈਸੇ ਦੇ ਦੇ ਕਿੱਦਾਂ ਉੱਥੋਂ ਟ੍ਰਾਂਸਫਰ ਕਰੀ ਦਿਆ ਜਿੱਥੋਂ ਜਿੱਥੋਂ ਲੋਨ ਲਈ ਦੇ ਧਾਲੀਵਾਲ ਤੇ ਧਾਲੀਵਾਲ ਤੇ ਕਲਿੱਕ ਕਰ ਸਾਨੂੰ ਤੂੰ ਇਦਾਂ ਕਰ ਇੱਕ ਮਿੰਟ ਮੈਨੂੰ ਵੇਖਣ ਦੇ ਕਿੰਨੇ ਦਾ ਬਾਣਾ ਧਾਲੀਵਾਲ ਤੇ ਕਲਿੱਕ ਕਰਨਾ ਸਾਡੇ ਸਰਵਰ ਦਾ ਨਾਂ ਗਾ ਠੀਕ ਹੈ ਉੱਥੇ ਤੂੰ ਜਾ ਲਿਖ ਸਰ ਧਾਲੀ ਵਾਲਾ ਜਿਹੜਾ ਡਿਸਮਿਸ ਫਾਰਮ ਮੈਨੇਜਰ ਜਾਓ ਤੇ ਜਾਂ ਰਿਮੂਵ ਟੂ ਫਾਰਮ ਉਹ ਨਹੀਂ ਮੈਨੂੰ ਬਸ ਰਿਮੂਵ ਕੰਟਰੈਕਟਰ ਆਉਂਦਾ ਜਿੱਥੇ ਜਿੱਥੇ ਪੈਸੇ ਨਹੀਂ ਲਿਖੇ ਡਾਊਟ ਜਿਹਾ ਬਣਿਆ ਉਹ ਧਾਲੀਵਾਲ ਦੇ ਵੱਡੇ ਅੱਖਰਾਂ 'ਚ ਉੱਤੇ ਕੀਤਾ ਲਿਖੇ ਦੇਖੋ ਲਾਈਵ ਲਾਈਵ ਦਿਖਾ ਮੈਨੂੰ ਤੁਸੀਂ ਕਿਹੜਾ ਤੂੰ ਅਰਮਾਨ ਹੈ ਨਾ ਪਹਿਲਾਂ ਮੈਨੇਜਰ ਬਣ ਤੂੰ ਆਪ ਤੇ ਸਿਲੈਕਟ ਕਰ ਪਹਿਲਾਂ ਅੱਜ ਤੇ ਪ੍ਰਮੋਟ ਟੂ ਮੈਨੇਜਰ ਹੁਣ ਕਰ ਸਕਦਾ 50,000 ਰੁਪਏ ਭੇਜ ਦੇ ਮੈਨੂੰ ਵਾਪਸ
वापस देवे तेन पैसे यार हजार हो गए जल्दी भेज ट्रैक्टर जा ले जा घरे ठीक है कुछ ना कर वो तो मशीन ले आके सरकारी ते किन्ने नंबर बाण है नंजा नंबर च बाण च ओट्स ने ओ बड ओके मशीना उ मशीना नाल ही लै जांगे बीज ही देवांगे अज मत्ती एक ही लै जांगे एक बहुत हसना करके जाओ नबेड़ के खड़े लेते लाख का पांच लाख डुब जाए कर गए नहीं है, 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 है सोरगम है सोरगम ये बड़े कद ना जाऊ मैं डुब गए नहीं नहीं इधर नॉर्मल नॉर्मल चार्ज ला के हेडा करना बत्ती बंद होगी ब्लैक हां वो ले आए ओदे लगे सब लगदा है आ जेड़ा है ओ परे पाली खड़े ला के आना ओ ला के आवेगा हां आ गया देख सान है सान तेरे इधर ही गुड़दा कुछ नहीं पता इधर मशीन पे बैठा था मक्की ला दी तेरे मैं दसदा हूं मेनू चीज ये वधिया लगी आ पानी वाली ਗੋਲ ਗਿਆ
ਮੇਰੇ ਤੇ ਉਹ ਮੱਕ ਗਿਆ ਓਏ ਸਮਾਨ ਨਾ ਲਿਆ ਉੱਪਰ ਲਾ ਫਿਰ ਫਿਰ ਤੈਨੂੰ ਕੀ ਕਹਿੰਦਾ ਜਾ ਇੱਥੋਂ ਉਹ ਨਹੀਂ ਮੁੱਕਿਆ ਮਰਦਾ ਮਰਦਾ ਮੈਨੂੰ ਤਾਂ ਕਿਸੇ ਨੇ ਕਹਿ ਨਹੀਂ ਤੂੰ ਤਾਂ ਬਾਹਰ ਜਾ ਕੇ ਪਿਓ ਜਿਹਾ ਜਿਹੜਾ ਭਰਾਵਾ ਟਰੈਟ ਜਾ ਬਾਹਰ ਗੰਦਾ ਘੁੰਮਦਾ ਇੱਥੇ ਓਏ ਬਾਈ ਮਸ਼ੀਨ ਲੈ ਕੇ ਵੱਡਾ ਹਾਂਜੀ ਹਾਂਜੀ ਵੱਡ ਮੈਂ ਆ ਗਿਆ ਟਰੱਕ ਸਰਕਾਰੀ ਸਰਕਾਰੀ ਉਹ ਸਰਕਾਰੀ ਮਸ਼ੀਨ ਲੈ ਕੇ ਵੱਟਾਂਗੇ ਤਾਂ ਹੀ ਤਾਂ ਬਾਹਰ ਲੈਤਾ 50,000 ਦਾ ਅਰਮਾਨ ਨੂੰ ਵੀ ਦੇਣਾ ਦੂਆ ਦਾ ਲੋੜ ਹੀ ਨਹੀਂ ਮੱਥੇ ਚ ਮਾਰ ਮੱਥੇ ਸਿੱਧਾ ਮੱਥੇ ਚ ਮੇਰਾ ਬੈਂਡ ਆ ਮੇਰੇ ਚੱਲ ਹੋਰ ਬੈਂਡ ਦਸ ਨੰਬਰ ਲਾ ਦੇ ਤੂੰ ਲਾ ਦੇ 59 ਨੰਬਰ ਆ ਬਾਈ 59 ਨੰਬਰ ਨੰਜਾ ਤਾਂ ਹੈਗਾ ਆਹ ਐਕਟਰ ਬਣਦਾ ਸੀ ਲਾ ਦੇ ਟਰੈਕਟਰ ਲਈ ਯਾਰ ਤੂੰ ਜਾ ਤੂੰ ਬੀਜਣ ਵੱਢਣ ਲੱਗ ਜਾ ਭੈਣ ਦਾ ਕਮਲ ਸਿੰਘ ਚੱਲ ਲੈ ਕੁੜੀ ਲਾਜ ਤਾਂ
देख ला ड्राइवर पूरा तीजी तो ड्राइवर ने आ गया लग गया यार संगल जाए यार भी पुठा कर लिया डर दे पट्टी पट्टी भी हार गया ਮੈਨੂੰ ਕੱਢ ਦੇ ਪਿੱਛੋਂ ਕੱਲਾ ਵਾ ਹੁਣ ਮੈਨੂੰ ਕੱਢ ਕੇ ਜਾ ਬਸ ਫਿਰ ਮੈਂ ਕਰ ਲੈਣਾ ਤੂੰ ਜਾ ਓਏ ਮੇਰੇ ਕੋਲ ਹੈਗਾ ਟਰੈਕਟਰ ਨੂੰ ਕਰਨਾ ਤੂੰ ਜਾ ਤੁਸੀਂ ਜਾ ਕੇ ਵੱਢ ਬੁੱਢ ਕਿਤੇ ਬਹਿ ਗਿਆ ਤਾਲੀ ਵਾਲਾ ਬੈਕ ਚੱਲ ਬੈਕ ਬੈਕ ਕਰਨਾ ਰਹਿੰਦੇ ਜੌਂਡੀਅਰ ਕੱਢ ਕੇ ਮੇਰੀ ਨਹੀਂ ਹੈ ਉਹਦੀ ਹੈ ਅਮਰਿੰਦਰ ਦੀ ਹੈ ਅਮਰਿੰਦਰ ਦੀ ਉੱਧਰ ਪਰਮਿਸ਼ਨ ਦੇਈ ਮੈਨੂੰ ਤੇ ਅਰਮਾਨ ਨੂੰ ਮੇਰੇ ਕੋਲ ਹੈਗੀ ਹੈ ਮੇਰੇ ਕੋਲ ਹੈਗੀ ਹੈ ਤੁਸੀਂ ਉੱਧਰ ਮੈਂ ਪਾ ਦਿੰਦਾ ਨਾ ਤਾਂ ਲਾਊਡ ਆ ਗਿਆ ਮੈਨੂੰ ਦੇ ਦੱਸਿਆ ਅਮਰਿੰਦਰ ਨੇ ਪਰਮਿਸ਼ਨ ਦੇ ਰਿਹਾ ਮੈਨੂੰ ਸਿਵਰ ਵਾਲੇ ਨੂੰ ਓਏ ਲੱਗ ਗਈ ਅਲੀਏ ਬਾਈ ਉਹ ਕੰਮ ਪਾ ਅਟਲ ਯਾਰ ਹਾਂ ਉਹ ਸੈਲੋ ਯਾਰ ਨਹੀਂ ਉਹ ਪਾ ਰੋਲੇ ਰੋਲੇ ਬੈਠ ਯਾਰ ਨਾ ਉਹ ਬੈਠ ਗਿਆ ਨਾ ਲੱਗਿਆ ਨਾ
ਦੇਖੀ ਕੋੜਾ ਤੂੰ ਫੜ ਜਾ ਫਿਰ ਉਹਨਾਂ ਸੀ ਕੀ ਜਾਣਾ ਕੱਢਣ ਵਾਲੀ ਮੈਂ ਚੱਲ ਆ ਗਿਆ ਬਸ ਉਹ ਹੀ ਲੈ ਜਾਂਦਾ ਪਤੰਦਰ ਪਖਾ ਲਾਈਏ ਪਖਾ ਲਾਈਏ ਉਹ ਵੀ ਲਾਉਣਾ ਪੈਣਾ ਯਾਰ ਤਪਾ ਵੱਡੀ ਗਈ ਲੈ ਕੇ ਸਾਰੀ ਵੱਡੀ ਉੱਥੋਂ ਟਰੱਕ ਲਾਇਆ ਫਿਰ ਮੈਂ ਮੰਨਿਆ ਵੀ ਕ੍ਰੇਨ ਤਕੜੀ ਆ ਬਾਈ ਆਹ ਛੱਡਣ ਦੇ ਇਹਨੂੰ ਸਮਾਨ ਤੂੰ ਘਰੇ ਛੱਡਣ ਲਾਇਆ ਬਸ ਉਹਨਾਂ ਦਾ ਉੱਥੇ ਛੱਡਿਆ ਤੇ ਦੂਜਾ ਮੈਂ ਤੁਹਾਡੇ ਅਲਟਰਾ ਵੀ ਲੈ ਕੇ ਉੱਥੇ ਪਵਾ ਲਿਆ ਤੇ ਪਹਿਲਾਂ ਆਪਾਂ ਸਮਾਨ ਇੱਕ ਵਾਰੀ ਛੱਡਿਆ ਜੀ ਨਰਮਾਨ ਸਾਰਾ ਲੈ ਗਿਆ ਬਸ ਉੱਥੇ ਬਾਈ ਲੈ ਆਓ ਕੁਛ ਨੇੜੇ ਇੱਥੋਂ ਦੇ ਕੱਢ ਲਈਏ ਸਾਰਾ ਸਮਾਨ ਮਸ਼ੀਨ ਖਲਾਰ ਲਾ ਮਸ਼ੀਨ ਜਿਹੜਾ ਦੁੱਲ ਦਿੰਦੀ ਹੈ ਕੋਈ ਪੱਧਰਾ ਖੇਤ ਲੈਂਦਾ ਬਾਈ ਪੱਧਰਾ ਦਾ ਖੇਤ ਪੱਧਰੇ ਹੈ ਹੀ ਨੀ ਕੀ ਨੰਬਰ ਕਿਹਨੇ ਲਾਉਂਦਾ ਪਾਣੀ ਮੇਰੀ ਭੈਣ ਨੂੰ ਤਕੜੇ ਤਕੜੇ ਗੇਟ ਲਾਈ ਬੈਠੀ ਜਾਂਦਾ ਇੱਥੇ ਆਹ ਘਰ ਕਿਹਦਾ ਜਿੱਥੇ ਆਹ ਕਿਹੜਾ ਰਮਾਨ ਦਾ ਕਿ ਅੰਮ੍ਰਿਤ ਕਲੀਅਰ ਕਲੀਅਰ ਇਹਨੇ ਪੰਪ ਕਿਉਂ ਲਾਇਆ ਘਰੇ ਮੇਰਾ ਮੇਰਾ ਪਤਾ ਨਹੀਂ ਅੱਛਾ ਤੇਰਾ ਕਦੇ ਆ ਸਰਾ ਟੈਕਨੀਕਲੀ
और आज चौथे दिन सुबह रहता वायर भी मारना पड़ता है उससे कमाई है ना वायर नहीं मारता किसी ने अमृत और मैं तो लागू नहीं कर लिया मैं ये कर लिया ਕਿੰਨਾ ਕਰਿਆ ਜੀ ਵੀ ਦੋ ਚਾਰ ਗੇੜੇ ਰਹਿ ਗਏ ਇਹਦੇ ਵੀ ਆਹ ਖੇਤ ਚ ਵੀ ਇੱਥੇ ਬੀਜਾ ਲੈ ਆਹ ਫਸਲ ਪਹਿਲੀ ਵਾਰ ਬੀਜੀ ਏਦਾਂ ਘੋਲ ਘੰਡੇ ਵਾਲੀ ਪਹਿਲਾਂ ਪਹਿਲੇ ਦੀ ਮੱਕੀ ਪਾਣੀ ਦੀ ਬੀਜੀ ਝੋਨਾ ਆਪਣੇ ਮੱਕੀ ਪਹਿਲੀ ਦੀ ਬੀਜੀ ਹੈ ਲੋਕ ਪਾਣੀ 'ਚ ਵੜਦੇ ਸੁਣੇ ਨੇ ਬੀਜਦੇ ਪਹਿਲੀ ਵਾਰ ਪੀਡੀਓ ਦਾ ਗੇਟ ਪਿਆ ਹੀ ਹੈ ਬੰਦ ਨਹੀਂ ਹੁੰਦਾ ਚੱਲਦਾ ਹੀ ਰਹਿੰਦਾ ਮੈਂ ਉਹਦਾ ਦਿਨ ਆਪਣਾ ਖਤਮਾ ਹੋ ਗਿਆ ਉਹ ਖਤਮਾ ਲਾਂਟ ਹੋ ਰਿਹਾ ਫਿਰ ਟਰਾਲੀ ਲੈ ਕੇ ਆਇਆ ਨਹੀਂ ਮੈਂ ਤਾਂ ਭਰਾਵਾਂ ਦੇ ਘਰ ਦੇਖ ਕੇ ਹੈਰਾਨ ਪਰੇਸ਼ਾਨ ਕਲੀਅਰ ਵਾਈਟੀ ਕਹਿੰਦੇ ਜੁਆਇਨ ਹੋਣ ਦੀ ਕੋਸ਼ਿਸ਼ ਕਰਦੇ ਮੇਰੇ ਕੋਲ ਲਾਓ ਜੇ ਕੇ ਕੋ ਮੱਕੀ ਖੜੀ ਹੈ ਚਾਰ ਪਈਏ ਆ ਹੱਥ ਜੁੜੇ ਮੱਕੀ ਵਾਲੇ ਭਰਾਵਾ ਸੀ ਤੇ ਸਿੱਧੀਆਂ ਛੱਲੀਆਂ ਸੀ ਤਾਂ ਮਿੱਲ ਖਰੀਦ ਲਈ ਵੱਡੇ ਸਰਦਾਰ ਹੋ ਗਏ ਮਿੱਲਾਂ ਵਾਲੇ ਸਰਦਾਰ ਹੈ ਅਜੇ ਤੱਕ ਕੌਰਨ ਉੱਥੇ ਸੱਟ ਲਈ ਪਕਾ ਕੇ ਉਹ ਲੈ ਲੈ ਪ੍ਰੋਡਕਟ ਚੱਲੀ ਜਾਂਦਾ ਚੱਲ ਮੇਰਾ ਵੀਰ ਵਾਇਸ ਤੇ ਕਰਾ ਗਿਆ ਆਪਣੇ ਕੋਲ ਹੈਗੀ ਜੀ ਟਰਾਲੀ ਯਾਰ ਜਿਹੜੀ ਕੱਲ ਗਿੱਲ ਨੇ ਪਾਈ ਖੱਟੇ ਕੱਲ ਮੈਪ ਤੇ ਦੇਖ ਲਓ ਮੇਰੇ
ਕੱਲ ਗੱਲ ਨਾ ਖੇਡੀ ਤਾਂ ਆਪਾਂ ਖੇਡੇ ਗੱਲ ਖੇਡਦਾ ਸੀ ਉਹ ਖੱਟੇ ਰੰਗ ਦੀ ਟਰਾਲੀ ਜੀ ਘਰ ਹੀ ਬੜੇ ਸੋਹਣੇ ਬਣਾ ਰੱਖਿਆ ਤੰਗੇ ਗੇਟ ਲੱਗੇ ਹੋਏ ਨੇ ਟਰਾਲੀ ਹੈ ਨੀ ਟਰਾਲੀ ਲੱਭਦੇ ਫਿਰਦੇ ਆ ਮੇਰੇ ਕੋਲ ਲੱਗੇ ਖੜੀ ਲਾਈਟ ਆ ਰਹੀ ਹੈ ਅਰੇ ਆਈ ਜਿਸ ਪਰ ਰੈਕਟਰ ਹੈ ਪਲੇਅਰ ਤੇਰੀ ਤੁੰਬੀ ਵੱਜੀ ਲੈਂਦੀ ਆ ਤੇਰੀ ਬਾਤ ਤੇਰੀ ਤੁੰਬੀ ਵੱਜ ਗਈ ਆ ਉਹ ਨੈਟ ਸਹੀ ਕਰਕੇ ਤੇਰੀ ਤੁੰਬੀ ਵੱਜਦੀ ਆ ਤੂੰ ਨਾ ਵੱਜੀ ਜੇ ਮੈਂ ਮੇਰਾ ਟਰੈਕਟਰ ਬੁੱਢਾ ਹੋ ਗਿਆ ਪਿੰਗ ਹਾਈ ਹੋ ਗਈ ਨੈਟ ਕਰਕੇ ਹਾਂ ਬਸ ਫੇ ਤਾਂ ਹੀ ਮੇਰੀ ਬਾਤ ਤੁੰਬਾ ਵੱਜ ਨਹੀਂ ਮਿਲ ਗਈ ਟਰਾਲੀ ਮੈਨੂੰ ਓਏ ਕੋਈ ਟਰੱਕ ਹੀ ਲਿਆਉਂਦਾ ਯਾਰ ਟਰੱਕ ਖੜਾ ਹੈਗਾ ਸਰਕਾਰੀ ਜਦੋਂ ਮੈਂ ਗਿਆ ਚਲ ਮੈਂ ਸੋਚਦਾ ਇਹ ਕਾਹਨੂੰ ਯਾਰ ਵਰਤਣੀਆਂ ਚੀਜ਼ਾਂ ਸਰਕਾਰੀ ਸਰਕਾਰ ਨੇ ਸਾਡੇ ਪੈਸੇ ਲਈ ਲਿਆਇਓ ਇੱਧਰ ਨਹੀਂ ਬਈ ਸਰਕਾਰ ਨੇ ਸਾਡੇ ਪੈਸੇ ਹੀ ਲਈ ਕਲੀਅਰ ਦਾ ਸਿੱਧਾ ਕਰਕੇ ਆ ਗਿਆ ਜਿੱਥੇ ਮਸ਼ੀਨ ਚੱਲੀ ਜਾਂਦੀ ਏ ਐਡਾ ਔਖਾ ਕਿਉਂ ਹੁੰਦਾ ਆ ਗਿਆ ਤੇ ਬਈ ਅਸੀਂ ਕੋਸ਼ਿਸ਼ ਪੂਰੀ ਕੀਤੀ ਸਿੱਧਾ ਹੋਇਆ ਨਹੀਂ ਹਜ਼ੂਰ ਬੰਦਿਆਂ ਕੋ ਯਾਰ ਕੋਈ ਟੱਕਰ ਸਿੱਧੀ ਮਾਰਦਾ ਹੋ ਜਾਂਦਾ ਸਿੱਧਾ ਇਹ ਕਿੰਨੇ ਮਾਰੇ ਟਰੈਕਟਰ ਜੇ ਟਰੈਕਟਰ ਉਦੋਂ ਆਈ ਜਾਂਦਾ ਟਾਈਮ ਤੇ ਚੱਲ ਪਹਿਲਾਂ ਇਹਨੂੰ ਕੀ ਨਾਂ ਹੈ ਮੁੰਡੇ ਦਾ ਓਏ ਇੱਥੇ ਪਾ ਜਾ ਉਹ ਟਰੱਕ ਜਾ ਹੋਰ ਪਤਾ ਉਹਨੂੰ ਸੱਦ ਲਿਆ ਕੀ ਨਾ ਗਾ ਆ ਗਿਆ ਨਾ ਕਲੀਅਰ ਕਿੱਥੇ ਟਰੱਕ ਟਰੱਕ ਕੱਢ ਹੀ ਦੇ ਪਹਿਲਾਂ ਟਰੱਕ ਚ ਮਾਰ ਉਹ ਪੈਣ ਦੇ ਵੀਰ ਟਰੱਕ ਆ ਯਾਰ ਇੱਥੇ ਮਸ਼ੀਨ ਚੱਲਣ ਦਈ ਐ ਬਸ ਬਸ ਕਰ ਲੈ ਬੈਕ ਕਰ ਲੈ ਤੇ 59 ਨੰਬਰ ਤੇ ਪੰਜਾ ਨੰਬਰ ਕਲੀਅਰ ਓ ਯਾਰ 1 ਮਿੰਟ ਹੁਣ ਹੌਲੀ ਆਉਂਦੀ ਹੈ ਮਸ਼ੀਨ ਮੈਂ ਕਰਾਂ ਕਲੀਅਰ ਲੈਫਟ ਬੜੋ ਜੀ ਆ ਗਿਆ ਬਸ ਆ ਗਿਆ ਓਏ ਆ ਗਿਆ ਕਰ ਦੇ ਸਿੱਧਾ ਤੋਂ ਟ੍ਰੈਕਟਰ ਤੋਂ ਸਿੱਧਾ ਕਰ ਮੈਂ ਇਹ ਟੀਟਰ ਬੰਦੇ ਨੇ ਨਾ ਆਉਣਾ ਹੋਵੇ ਓਏ ਯਾਰ ਹੁਣੇ ਜਾ ਪੈਂਦਾ ਨਹੀਂ 100 ਰੁਪਏ ਜਾ ਭੈਣ ਦੇ ਵੀਰ ਤੋਂ ਇਹ ਕਿ ਬਾਈ ਕੁਛ ਨਹੀਂ ਪੈਂਦਾ ਪ੍ਰਾਪਤ ਨਹੀਂ ਚਾਰ ਵਿੱਚ ਮਹਾ ਪੈਂਦਾ ਅੱਛਾ ਵੱਡੀ ਹੈ ਨਹੀਂ ਬੀਜਣ ਪਹਿਲਾਂ ਲੱਗੇ ਹੈ ਵੱਡੇ ਸਰਦਾਰ ਹੈ ਓਏ ਉਰਲੇ ਪਾਸੇ ਗੇੜੇ ਲਾ ਲਈ ਉੱਤੋਂ ਦੀ ਗੇੜੇ ਲਾਈ ਹਜ਼ੂਰ ਭਰਾਵਾ 50,000 ਰੁਪਏ ਕਰਜ਼ਾ ਲੈਤਾ ਜਮਰ ਤੋਂ ਕੀ ਨਾ ਮੁੰਡੇ ਤੋਂ 55,000 ਚ ਮੇਰੇ ਤੋਂ ਲਿਆ ਜਿਹਨੂੰ ਕਹਿੰਦੇ ਹੋ ਕਲੀਅਰ ਨੂੰ ਦੱਸਦਾ ਸੀ ਉਹ ਯਾਰ ਸੁਰਗੁਮ ਜਾਂ ਮੈਂ ਵੇਖ ਲਾਂ ਨਹੀਂ ਤੇ ਸਾਡੀ ਮੇਲੇ 'ਚ ਸੱਠ ਆਇਓ ਸੁਰਗੁਮ ਦੇਖ ਲੈ ਚੁੱਕਿਆ ਹੋਇਆ ਤੁਹਾਨੂੰ ਪੈਸਾ ਚਾਹੀਦਾ ਪੈਸਾ ਦੇਖਦਾ ਮੈਂ ਆ ਕੇ ਪਹਿਲਾਂ ਲੋੜ ਹੈ ਤੁਹਾਨੂੰ ਕਿੰਨੇ ਉਹ ਪੈਸਾ ਤਾਂ ਕੈਸ਼ ਕਰ ਦਿਆਂਗੇ ਕੈਸ਼ ਹੁਣੇ ਕਰ
ਪਹਿਲਾਂ ਕਰ ਵੇਚਣ ਤੋਂ ਯਾਰ ਜਿਹੜੀ ਟਰਾਲੀ ਹੈ ਮੈਂ ਕਹਿੰਦਾ ਤੁਹਾਨੂੰ ਮੈਂ ਰੁਪਈਆ 10,000 ਦੇ ਦੂੰ ਪੰਜਾਹ ਦੀ ਵੇਚਦੀ ਹੈ यार मैंने दसो आप कि कदों का हो गया मैं कि परसों की उगी नहीं हाल तक ਇਹਦੀ ਸਲਾਹ ਹੈ ਬਹੁਤ ਟਾਈਮ ਲੱਗਦਾ ਉਗਣ ਦੇ ਬਹੁਤ ਟਾਈਮ ਲੱਗਦੀ ਹੈ ਭਾਈ ਸੋਨਾ ਲੀਕਾ ਦਾ ਪਰ ਮਕਈ ਵੀ ਬੀਜੀ ਸੀ ਉਹ ਇਤੋਂ ਪਹਿਲਾਂ ਦੀ ਬੀਜੀ ਉਹ ਵੀ ਨਹੀਂ ਹਾਲ ਤੱਕ ਬਾਹਰ ਨਿਕਲੀ ਠੀਕ ਹੈ ਜੋ ਫ੍ਰੀ ਆ ਉਹਦੇ ਲਿੰਕ ਆਪਾਂ ਪਾਏ ਹੋਏ ਸੀ ਹੁਣ ਸਲਾਹ ਨਹੀਂ ਦਿੰਦੇ ਫ੍ਰੀ ਦੀ ਸਲਾਹ ਦਿੱਤੀ ਇੱਕ ਨੂੰ ਉਹ ਮੁੜਿਆ ਨਹੀਂ ਬੱਚੇ ਸਰਕਾਰੀ ਸਰਕਾਰੀ ਮਹਿਕਮੇ ਚ ਮੈਨੂੰ ਉਹਦੀ ਜਾਣਾ ਪੈਂਦਾ ਭੈਣ ਚੋ ਕੀ ਹੋਣ ਲੱਗਾ ਦੇਖੀ ਤੁਸੀਂ ਡਰਦੇ ਹੋ ਵੀ ਕਿਤੇ ਭੈਣ ਚੋ ਤਾਲੀ ਵਾਲ ਚੋਰੀ ਨਾ ਲੱਜ ਹੈ ਤੇ ਹੋਰ ਨਹੀਂ ਨਹੀਂ ਏਦਾਂ ਦਾ ਕੁਛ ਨਹੀਂ ਕਰਦੇ ਭਰਾਵਾ ਸਮਾਨ ਜੁੜ ਕੇ ਹੋ ਬੰਦਾ ਨਹੀਂ ਆਉਂਦਾ ਹੁਣ ਜਿਹੜਾ ਚੋਰੀ ਆਉਂਦਾ ਅਸੀਂ ਤਾਂ ਭਰਾਵਾ ਕਰਜ਼ਾ ਲਿਆ ਸੀ ਕਿੱਲਾ ਖਰੀਦਿਆ ਸੀ ਕਿੱਲਾ ਵੇਚ ਕੇ ਕਰਜ਼ਾ ਲਾਤਾ ਸਾਡੇ ਸਿਰ ਤੇ ਕਰਜ਼ਾ ਵਧਾ ਕਿੰਨਾ ਹਾਲੇ ਹੋਰ ਲੈ ਸਕਦੇ ਆ 8 ਲੱਖ ਦਾ ਕਰਜ਼ਾ ਹੈ ਹਾਲੇ ਹੋਰ ਚੱਕ ਸਕਦੇ ਆ ਭਾਈ ਅਸੀਂ ਤਾਂ ਜ਼ਮੀਨ ਨਾਲ ਦੇ ਨਾਲ ਖਰੀਦੀ ਕਰਜ਼ਾ ਚੱਕਿਆ ਜਾਂ ਚੱਕਿਆ ਜ਼ਮੀਨ ਖਰੀਦੀ ਨਹੀਂ ਮੇਰੇ ਤੇ ਕਰਜ਼ਾ ਜ਼ਮੀਨ ਵੀਰੇ ਸ਼ੋ ਤੁਸੀਂ ਵੱਢ ਰਹੇ ਨਾ ਸ਼ੋਰ ਗਹੁੰਮ ਹਾਂ ਜੀ ਸੱਟ ਜਾਓ ਸੱਟ ਜਾਓ ਤੂੰ ਪਹਿਲਾਂ ਨਾਂ ਦੱਸ ਸਹੀ ਲੈ ਆ ਦੇਖੋ ਮੈਂ ਦੇਖੋ ਰੇਟ ਦੇ ਹਿਸਾਬ ਨਾਲ ਅਸੀਂ ਗੱਲ ਕਰਾਂਗੇ ਨਹੀਂ ਰੇਟ ਮੋੜੀ ਨੇ ਆਪਾਂ ਚੈੱਕ ਕਰ ਲੈਨੇ ਦਾ ਰੇਟ ਕਿੰਨਾ 800 ਰੁਪਿਆ ਰੇਟ ਲੱਗੀ ਜਾਂਦਾ ਉਹ ਤਾਂ 5 ਵੱਧ ਯਾਰ ਸਾਡੀ ਮਿਲ ਤੇ ਤੁਹਾਨੂੰ ਵੇਖ ਲੈ ਵੀ ਮੁੱਕ ਦੀ ਗੱਲ ਇਹ ਆ ਜਿਹੜੀ ਗ੍ਰੇਨ ਮਿਲ ਪੜ੍ਹ ਸੋ ਮੇਰੀ ਮਿਲ ਲਾ ਠੀਕ ਹੈ ਉੱਤੇ 870 ਹੈ ਸਭ ਤੋਂ ਜ਼ਿਆਦਾ ਰੇਟ ਲੱਗਣ ਦਿਆ ਨਹੀਂ ਮਲਟੀਪਲ ਜਿੰਨਾ ਰੇਟ ਹੈਗਾ ਮੇਰੇ ਚ ਆਉਂਦਾ ਤਾਂ ਤੁਹਾਨੂੰ ਉਹਨਾਂ ਦੇ ਦਿਆਂ ਠੀਕ ਹੈ ਚੱਲ ਆਇਆ ਬਾਈ ਆਉਣਾ ਇੱਕ ਮਿੰਟ ਕੀ ਹੈ ਸਿੰਘ ਬੋਏ ਦੇ ਗਵਾਂਢ ਦੀ ਮੇਲ ਲੈ ਆਪਣੀ ਮੱਕੀ ਲਾ ਸਕਦੇ ਹੋ ਪੱਕੀ ਮੱਕੀ ਵਾਧੂ ਜਿੰਨੀ ਮਰਜ਼ੀ ਲਿਆਓ ਹੈਗੀ ਆਪਣੇ ਕੋਲ ਜਿੰਨੀ ਕੁ ਜਗ੍ਹਾ ਨਹੀਂ ਉਹ ਸਾਡੇ ਰਹਿੰਦੀ ਇੱਕ ਉਹ ਚੀਜ਼
ਛੇਤੀ ਆਓ ਸਾਰੇ ਜਾਣੇ ਆ ਗਏ ਸਾਰੇ ਆਓ ਸਾਰੇ ਦੇ ਸਾਰੇ ਜਾਣੇ ਆ ਗਏ ਭਾਈ ਤੇ ਮੰਡੀ ਦੇ ਲਾਗੇ ਕਰਕੇ ਤੱਕ ਤੇ ਇਹ ਵੀ ਵਰਕ ਕਰਦਾ ਹੈ ਮੈਨੂੰ ਵੀ ਮਿਲੂ ਇਸ ਤੋਂ हो गया कच्चा ओ ओ देख इधर मौका ना हो थोड़ी देर मामा ओहो कंडे च रख गई बस एक ही है ले आइए उसे पेंडल नहीं जाएगा हाँ डैमेज ना वीकेंड नहीं ना तो नहीं है पहला नहीं है हजूर तरीके जाना यार आप बड्डी तो है नहीं यहाँ ओए हजूर मैं ਕਾਡੇ ਨੂੰ ਮਤਕਾ ਲਾ ਟਰੱਕ ਨੂੰ ਲਾਉਣਾ ਬ్రో ਚਲ 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 ਲਾ ਤੱਕ ਯਾਰ ਸਲੋ ਬਹੁਤ ਹੈ ਇੱਕ ਮਿੰਟ ਬ్రో ਚਲ ਬਸ ਠੀਕ ਹੈ ਠੀਕ ਹੈ ਠੀਕ ਹੈ ਮੈਂ ਵੱਢ ਕੇ ਛੇਤੀ ਇੱਥੇ ਆਉਂ ਕਰ ਦੂੰ ਚਲ ਮੈਂ ਆ ਗਿਆ ਇੱਧਰ ਲਾ ਟਰੱਕ ਨੂੰ ਬਰੇ ਕਰੀ ਟਰੱਕ ਨੂੰ ਮਨਾ ਕਰੀ ਟਰਾਲੀ ਸਰਕਾਰੀ ਹੈ ਨਹੀਂ ਵੀਰੇ ਸਾਡੀ ਹੈ ਇੱਧਰ ਸਾਡੇ ਟਰੈਕਟਰ ਵੀ ਸਾਡਾ ਇੱਧਰ ਲੈ ਵਾਪਸ ਪਰ ਇੱਕ ਚੀਜ਼ ਸਰਕਾਰੀ ਹੈ ਤੁਹਾਨੂੰ ਨਹੀਂ ਮੈਂ ਮਤਲਬ ਟਰਾਲੀ ਫਿਰ ਉੱਥੇ ਲਾਉਂ ਆ ਇੰਨੇ ਵੀ ਨਹੀਂ ਸਰਕਾਰੀ ਸਮਾਨ ਚੱਕਦੇ ਟਰਾਲੇ ਤੇ ਖਲਦਾ ਯਾਰ ਆ ਸਾਈਲੈਂਸ ਕਿੱਥੇ ਸੇਲ ਹੁੰਦਾ ਹੈ ਕਿਸੇ ਨੂੰ ਪਤਾ ਹੈ ਉਹਦਾ ਨਾ ਸਹੀ ਹੋਰ ਕਰੀਏ ਨਾ ਤੂੰ ਇਹ ਨਹੀਂ ਪਤਾ ਕਿੱਥੇ ਹੁੰਦਾ ਨਾ ਮੈਨੂੰ ਹੁਣ ਲੱਭਣ ਹੀ ਨਹੀਂ ਕੁਛ ਮੈਂ ਤਾਂ ਹੀ ਤਾਂ ਗਏ ਪੁੱਛਿਆ ਤੇ ਉਹਦਾ ਨਾ ਸਟੋਰ ਤੋਂ ਕਿੱਥੇ ਮੈਂ ਸੜਕ ਤੇ ਲੈ ਕੇ ਚੱਲਿਆ ਉਹ ਟਰੱਕ ਓਕੇ ਓਕੇ ਦੱਸੀ ਰਮਾਨ ਯਾਰ ਜੇ ਦੇਖ ਕੇ ਮੈਨੂੰ ਪਤਾ ਲੱਗ ਗਿਆ ਨਾ टावर बेला बन दिया नहीं रेला बन दिया
ਕਲੀਅਰ ਲਾਣ ਤੈ ਵੀ ਜਿਹੜਾ ਕੱਲ ਦਾ ਜਵਾਕ ਆਇਆ ਸੁਣ ਦੱਸ ਰਿਹਾ ਓਹੋ ਅੱਗੇ ਜਵਾਕ ਦਾ ਕੁਝ ਅਸੀਂ ਦੇਖਿਆ ਇਹਦੇ ਦੱਸ ਛੜੀਏ ਤਾਂ ਕੀ ਹੋ ਗਿਆ ਇੱਧਰ ਵੇਖ ਰਿਹਾ ਕੀ ਹੁੰਦੇ ਆ ਖਸਮ ਆ ਸੀ ਬਾਇਓਗੈਸ ਪਲਾਂਟ 46 ਨੰਬਰ ਤੇ ਸਾਡੇ ਵਾਲੇ ਉੱਤੇ ਆਹੋ ਕਿਤੇ ਮੈਨੂੰ ਕਹਿੰਦਾ ਆ ਕਰੇਨ ਲਿਆ ਕੇ ਅੱਜ ਨਾ ਉਹ ਕਰ ਲੈਣ ਦੇ ਇਧਰ ਆ ਮੇਰੇ ਨਾਲ ਓਏ ਇੱਥੇ ਲਿਖ ਲੈ ਆ ਟਰੱਕ ਤੋਂ ਦੇਖ ਲਵਾਂ ਕਰੇਨ ਲਿਆਵਾਂ ਕਰੇਨ ਲਿਆਉਣਾ ਮੈਂ ਮੈਨੂੰ ਵੀ ਲੈ ਜਾ ਕਲੀਅਰ ਮੈਂ ਲਿਆਉਣਾ ਕਰੇਨ ਆ ਜਾ ਓਏ ਮਦਨ ਤੇਰੇ ਕੋਲ ਸਾਈਲੇਜ ਹੈਗਾ ਤੇ ਬਗੜ ਨਹੀਂ ਪਾ ਕੇ ਜਾ ਹੈਗਾ ਉਹਨੇ ਪਾਇਆ ਹੋਇਆ ਟਰਾਲੀ ਚ ਭਰੀ ਜਾ ਵੀਰੇ ਤੇ ਸਾਈਨ ਤੇ ਲਈਏ ਕਰੇਨ ਉਹ ਖਸਮਾ ਥੱਲੇ ਦੇ ਘਰ ਹੈ ਨਾ ਜਿੱਥੇ ਬਿਲਕੁਲ ਜੜ ਚ ਰੱਖਣਾ 47 ਕੁਇੰਟਲ ਵਾਲਾ ਬਸ ਠੀਕ ਆ ਸਵੇਰੇ ਕਰਕੇ ਤੇ ਗਏ ਬਾਈ ਨੂੰ ਘੱਟ ਕੱਢਾਂਗੇ ਨਹੀਂ ਅਸੀਂ ਨੀ ਨਾ ਕੀਤਾ ਕੋਈ ਹੋਰ ਵਿੱਚ ਐਡ ਕਰਨਾ ਹੋਵੇ ਸਰਕਾਰੀ ਪੰਪ ਲਾਵੇ ਤੇਰੇ ਘਰੇ ਕੌਣ ਜਾਵੇ ਚੀਜ਼ਾਂ ਹੁਣ ਨੇੜੇ ਹੀ ਤਾਂ ਸਟੈਂਡ ਕਿੱਥੇ ਆ ਹਜੂਰ ਬੇਟਾ ਟ੍ਰੇਲਰ ਦਾ ਸਟੈਂਡ ਕਿੱਥੇ ਆ ਮੈਂ ਦਾ ਕਟਰ ਦਾ ਐਕਸ ਦਾ ਵੀ ਕੱਟ ਦੂਗਾ
ਉਹ ਕੱਢਣ ਤੇ ਕੱਢਦਾ ਨਿਕਲ ਗਿਆ ਨਿਕਲ ਗਿਆ ਆ ਲੱਭ ਗਿਆ ਪੰਪ ਲਗਾ ਦੀ ਜੀ ਮੈਂ ਦੇਖੀ ਸਹੀ ਖੜਾ ਇੱਕ ਮਿੰਟ ਵੀਰੇ ਹਾਂ ਇੱਥੇ ਹੈ ਡੋ ਯੂ ਡੋਟ ਐਕਸੈਸ ਦਿਸ ਲੈਂਡ ਐਕਸੈਸ ਨਹੀਂ ਹੈਗਾ ਨਾ ਹਾਂ ਵੀਰੇ ਯਾਰ ਐਕਸੈਸ ਤਾਂ ਦਿੱਤਾ ਹੋਇਆ ਮੈਂ ਕਿਹੜੇ ਨਾਂ ਤਾਂ ਸਿਮਰ ਅਰਮਾਨ ਨੂੰ ਟਾਲੀਵਾਲ ਨਹੀਂ 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 ਗੱਲ ਨੂੰ ਟਾਲੀਵਾਲ ਨੂੰ ਨਾ ਡੈਵਲ ਸਰਕਾਰ ਨੂੰ ਨਾ ਹੋਵੇ ਡੈਵਲ ਕੋਲ ਨਹੀਂ ਹੈਗਾ ਓਕੇ ਓਕੇ ਹੁਣ ਦੇਖੀ ਯਾ ਬਰੇ ਇੱਥੇ ਦੇਖੋ ਹੋਊਗਾ ਜੀ ਜੇ ਪੈਸੇ ਆ ਗਏ ਮੈਨੂੰ ਦੱਸ ਦੂ ਮੈਂ ਇੱਥੇ ਬੈਠਾਂ ਨਹੀਂ ਨਹੀਂ ਆ ਬਾਇਓ ਗੈਸ ਵਾਲਾ ਉਹ ਤਾਂ ਚਲ ਮੈਂ ਪੈਸੇ ਭੇਜ ਦੂੰਗਾ ਆ ਗਏ ਉਹ ਤਾਂ ਉੱਥੇ ਕਲੇਰ ਕੋਲ ਜਾਵਾਂ ਯਾਰ ਉੱਥੇ ਖੜਾ ਸੀਗਾ ਜਿੱਥੇ ਮਸ਼ੀਨ ਹੈ ਸਰਕਾਰ ਦਾ ਵਰਕਰ ਲੱਗਾ ਬੱਤੀ ਹਜ਼ਾਰ ਭੇਜ ਰਿਹਾ ਚਲੇ ਠੀਕ ਹੈ ਸਾਡੇ ਪੈਸੇ ਆ ਗਏ ਓਏ ਆਹ ਤਾਂ ਦੱਸੋ ਹੋਣਾ ਸਾਈਲੇਜ ਨੂੰ ਵੇਖ ਵਿਕਣਾ ਕਿੱਥੇ ਆ ਇੱਥੇ ਯਾਰ ਓਏ ਓਏ ਆ ਤਾਂ ਗਿਆ ਸੀ ਤੂੰ ਤਾਂ ਭਜਾਤਾ ਉੱਥੇ ਮੈਨੂੰ ਕਿਥੋਂ ਇੱਕ ਮਿੰਟ ਮੈਂ ਹੁਣ ਵਾਪਸ ਜਾਵਾਂ ਆਹ ਆਹ ਕਰੇਨ ਦੇ ਮੂਹਰੇ ਕੋਲੇ ਲਾ ਟਰਾਲੀ ਆਪਦੀ ਜੇ ਮੈਂ ਲਾਉਣਾ ਰੋਕ ਲੈ ਤੂੰ ਰੋਕ ਲੈ ਸਭ ਕੰਟਰੋਲ ਆਈ ਬਾਈ ਟਰੱਕ ਖੜਾ ਆਇਆ ਮੈਂ ਇੱਥੇ ਹਾਂ ਹਾਂ ਆ ਗਿਆ ਆਪਸ਼ਨ ਆਈ ਦਾ ਹੀ ਆ ਗਿਆ ਓਕੇ ਹੁਣ ਦੇਖ ਜੇ ਭਾਈ ਪੈਸਾ ਮੈਨੂੰ ਆ ਗਿਆ ਮੈਂ ਤੈਨੂੰ ਦੱਸ ਦੂੰ ਠੀਕ ਹੈ ਮੈਂ ਟ੍ਰਾਂਸਫਰ ਕਰ ਦੂੰ ਸਹੀ ਹੈ ਕੋਈ ਨਹੀਂ ਅੱਛਾ ਆਪਣੀ ਮੇਲ ਤੇ ਸਟਰੌਂਗ ਹੈ ਹੈ ਆਪਣੀ ਜਗ੍ਹਾ ਚਾਉਂਦੇ ਹੈ ਨਾ 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 ਆਪ ਮੇਰੀ ਜਗ੍ਹਾ ਨਹੀਂ ਹੈਗੀ ਇਹ ਬਾਇਓ ਗੈਸ ਪਲਾਂਟ ਦੇ ਵੇਚਣ ਨੂੰ ਸੋਚ ਰਿਹਾ ਵੀ ਕਿਦਾਂ ਇਹ ਵਿਕਦੀ ਹੁੰਦੀ ਹੈ ਨਾ ਹਾਂ ਇੱਥੇ ਵੀਰੇ ਇਹਦੇ ਵਿੱਚ ਨਾ ਪਊਗਾ ਮੇਲਾ ਹੈ ਨਾ ਕੀ ਦਈਏ ਨਾ ਉਹ ਯਾਰ ਟਪਾ ਬਣਾਇਆ ਖਤਮ ਆ ਖਰਤੇ ਖਾਲੀ ਸੀ ਆਈ ਡੱਬਾ ਆਈ ਸੀ ਆ ਤੁਹਾਡਾ ਵਰਕਰ ਬੇਕ ਲੋ ਗਿਆ ਬਾਈ ਯੂ ਡੋਨਟ ਹੈਵ ਐਕਸੈਸ ਦਿਸ ਲੈਂਡ ਆਹੋ ਤੁਹਾਨੂੰ ਉਹ ਜਗ੍ਹਾ ਪਰਚੇਸ ਕਰਨੀ ਪਊ ਮੇਲਾ ਦਾ ਜਿੰਨੇ ਵੀ ਕਿਸੇ ਨੇ ਪਰਚੇਸ ਤਾਂ ਨਹੀਂ ਰੱਖੀ ਇੱਕ ਮਿੰਟ ਹੈ ਨਾ ਕਿਸੇ ਕੋਲ ਨਹੀਂ ਹੈਗੀ ਵੀਰੇ ਇਹ ਮੈਂ ਦੇਖੀ ਹੈ ਇਹ ਕਿਸੇ ਕੋਲ ਨਹੀਂ ਹੈਗੀ ਇਹ 0 ਰੁਪਏ ਤੋਂ ਹੀ ਬਾਏ ਹੁੰਦੀ ਹੈ ਜੇ ਕਹਿੰਦੇ ਹੋ ਮੈਂ ਕਰ ਲੈਣਾ ਅਸੀਂ ਕਰ ਲਈ ਤਾਂ ਠੀਕ ਹੈ ਅਬ ਬਈ ਆ ਸਮਾਜ ਕਿਹੜਾ ਬਚਾਣੀ ਨਾ ਪੈਸਾ ਮੋੜਨਾ ਹੈ ਤੁਸੀਂ
ਪੈਸਾ ਰੱਖਣਾ ਵੀ ਨਾ ਇਹ ਤੇ ਮੋੜ ਇੱਕ ਮਿੰਟ ਕਲੀਅਰ ਕਲੀਅਰ ਹਜੇ ਕੁਛ ਨਾ ਕਰੀਂ ਬਈ ਹਜੇ ਕੁਛ ਨਾ ਕਰੀਂ ਮੈਂ ਸਹੀ ਦੱਸਾਂ ਠੀਕ ਹੈ ਜਿੰਨਾ ਟਾਈਮ ਮੈਂ ਤੈਨੂੰ ਕਹਿੰਦਾ ਨਹੀਂ ਅਜੇ ਤੱਕ ਜਿਹੜਾ ਤੇਰਾ ਕੱਟ ਲਾਇਆ ਉਹਦਾ ਮੈਨੂੰ ਪੈਸਾ ਨਹੀਂ ਅਜੇ ਤੱਕ ਆਇਆ ਵੀਰੇ ਤੁਹਾਨੂੰ ਇਹਦਾ ਪੈਸਾ ਥੋੜੀ ਨਾ ਆਊਗਾ ਉਹਦਾ ਕਿਹੜਾ ਮੈਨੂੰ ਆ ਗਿਆ ਇਹਦੇ ਵਿੱਚ ਜਿਹੜਾ ਹੁਣ ਅਗਾ ਬਾਇਓਗੈਸ ਬਣੂਗੀ ਨਾ ਉਹ ਤੁਸੀਂ ਸੇਲ ਕਰੋਗੇ ਮੈਨੂੰ ਲੱਗਦਾ ਤੁਹਾਨੂੰ ਜਿਹੜੇ 31,000 ਦਿੱਤਾ ਉਹ ਚ 10,000 ਕਟਾ ਜਾਣੇ ਮੈਨੂੰ ਲੱਗਦਾ ਤੁਸੀਂ ਸਾਰੇ ਉਹਨਾਂ ਡੋਬੇ ਨੂੰ ਤੁਸੀਂ ਇਸ ਤਰ੍ਹਾਂ ਨੂੰ ਸਸਟਰ ਫੈਕਟਰੀਆਂ ਲਾਉਂਦੇ ਹੋ ਤਾਂ ਭੈਣ ਦਾ ਫੈਕਟਰੀ ਲੈਣ ਦਾ ਕੰਮ ਹੀ ਨਹੀਂ ਕਰਦਾ ਸਮਾਨ ਬਣਾ ਕੇ ਵੇਚਣਾ ਪਊਗਾ ਆਹੋ ਓਹੀ ਤਾਂ ਕਹਿੰਦਾ ਸਮਾਨ ਬਣਾ ਕੇ ਹੀ ਵੇਚੂਗਾ ਵੀਰੇ ਇਹ ਹੋਰ ਤੁਹਾਨੂੰ ਨਾਲ ਦੀ ਨਾਲ ਕੈਸ਼ ਛੋੜਨਾ ਦੇ ਲੱਗਾ ਇਹਦੇ ਵਿੱਚ ਸੈਲਰੀ ਮਨੂਰ ਸ਼ੂਗਰ ਬੀਟ ਟੋਟਲ ਟਰਾਲੀ ਮੇਰੀ ਫੁੱਲ ਹੈ 100% ਗਿਆਰਾਂ ਨਾਲ ਗੁਣਾ ਕਰੋ ਪਹਿਲਾਂ ਟਰਾਲੀ ਦੀ ਕਪੈਸਿਟੀ 55 ਰੇਟ ਲਾਓ 55 ਦਾ ਦਸ ਪਹਿਲਾਂ ਵੀ ਤੇ ਉਹਦੇ ਵਿੱਚ ਪਾਇਆ ਟੋਟਲ ਯਾਰ ਟੋਟਲ ਟਰਾਲੀ ਦਾ ਗੇੜਾ ਲਾ ਦਿਓ ਤਾਲੀਵਾਲ ਬਾਈ ਕਿੱਥੇ ਲੈ ਜਾਂਦੇ ਇਹਨੂੰ ਬਾਈ ਸਾਰੀ ਜਗ੍ਹਾ ਜਿਹੜਾ ਬਾਈ ਬਾਈ ਮੈਰੀ ਗਈ ਤਾਲੀਵਾਲ ਉਪਰੀ ਬਾਈ ਨੇ ਸਾਰੀ ਜਗ੍ਹਾ ਗਿਰਾ ਦੇਣ ਜਿੱਥੇ ਲੱਤ ਹੀ ਲੱਤ ਗਈ ਤਾਲੀਵਾਲ ਉਤਰੀ ਜਿਵੇਂ ਉੱਥੇ ਆਉਂਦੇ ਯਾਰ ਚੱਲਦੇ ਆਂ ਮੇਰੀ ਜਿਹੜਾ ਡੇਕਾ ਲਿਆ ਸੀ ਤੂੰ ਲੱਗ ਜਾ ਵੇਚ ਦਿਓ ਮੈਂ ਕਹਿੰਦਾ ਵੇਚ ਦਿਓ ਮੈਨੂੰ
ਉਹ ਲੈ ਹਾਂ ਕਿੰਨੇ ਉਹਦੇ ਵਿੱਚ ਚਾਹੀਦਾ ਨਹੀਂ ਇਹ ਕੀ ਕਰੀ ਜਾਂਦਾ ਆਈ ਐਕਟੀਵੇਟ ਆਟੋਮੈਟਿਕਲੀ ਓਕੇ ਅੱਜ ਵੀ ਲੱਤ ਦੀ ਏ ਤੁਸੀਂ ਲਾ ਨਹੀਂ ਸਕਦੇ ਵੀਰੇ ਹਟ ਜੋ ਆਈ ਆ ਠੀਕ ਆ ਭਾਈ ਦੇਖ ਲੈ ਥੱਲੇ ਕਰਨਾ ਬਾਈ ਥੱਲੇ ਕਰ ਖੜ ਜਾ ਥੱਲੇ ਕਰਨ ਲੱਗਾ ਥੱਲੇ ਦੇ ਦੇ ਨੂੰ ਉਹਦੇ ਆ ਗਈ ਖੜ ਜਾ ਯਾਰ ਇੱਕ ਮਿੰਟ ਉਹ ਖੜ ਕਲੇਰਾ ਟੁੱਟਾ ਦੀ ਚੁੱਕ ਦੇਣਾ ਪੂਰੀ ਓਏ ਉਹਵੇਂ ਨਹੀਂ ਲੈਂਦੀ ਯਾਰ ਬਾਈ ਪਿੱਛੇ ਕਰ ਪਿੱਛੇ ਆਪਸ਼ਨ ਹੁੰਦੀ ਹੈ ਪਿੱਛੇ ਕਰ ਪਰ ਗਿਰ ਉਹਦੇ ਆਪਣੇ ਆਪ ਰੁਕ ਜਾਂਦੀ ਹੈ ਸਰਦਾਰ ਜੀ ਖੜ ਜੋ 55 ਨੂੰ ਪਹਿਲਾਂ 821 ਨਾਲ ਗੁਣਾ ਤੇ ਕਰ ਲਈਏ 321 ਆਹੋ 321 ਯਾਰ ਪਹਿਲੇ 17 ਬੰਦਾ ਚਲੋ ਠੀਕ ਆ ਵੀ ਅਸਾਂ ਕੀ ਚੱਲਦੇ ਆ ਚਲੋ ਮਨ ਗਿਆ ਤੇ ਠੀਕ ਆ ਉਹੀ ਵੀਰੇ 7000 ਰੁਪਇਆ ਇਹਨੂੰ ਦੇ ਦੇ ਜਿੱਦਾਂ ਜਾਂ 5-7 ਰੱਖ ਲਓ ਯਾਰ ਛੱਡਿਆ ਤਾਂ ਚਲੋ ਠੀਕ ਆ ਥੈਂਕ ਯੂ ਸਾਨੂੰ ਲਟਰਮ ਪਟਰਮ ਫਟਰਮ ਖੜ ਜਾ ਮੇਰੇ ਕੋਲ ਪੂਰੀ ਟਰਾਲੀ ਖਾਲੀ ਕਰਨ ਦਾ ਆਪਸ਼ਨ ਆਉਂਦਾ ਇੱਥੇ ਇਹਦੇ ਨੇੜੇ ਵੇਖਾਂ ਬਾਈ ਇੱਥੇ ਉਹ ਲਾ ਦੇਣਾ ਡੰਪ ਜਿਹਾ ਜਿਹੜਾ ਹੁੰਦਾ ਆਹੋ ਉਹੀ ਤਾਂ ਕਹੀ ਨਾ ਐਕਸ਼ਨ ਦੇ ਵਿੱਚ ਹੀ ਆ ਗਏ ਕਿੱਦਾਂ ਕੰਸਟਰਕਸ਼ਨ ਹੀ ਥੋੜਾ ਹੁੰਦਾ ਉਹ ਕੰਸਟਰਕਸ਼ਨ ਵੀ ਹੁੰਦਾ ਉਹ ਕੀ ਮੈਨੂੰ ਦੱਸ ਤਾ ਵੀ ਟੂਲ ਚ ਕੰਨ ਹੁੰਦਾ ਇੱਕ ਤਾਂ ਯਾਰ ਲੱਗਦੇ ਨਹੀਂ ਬੰਦੇ ਕੋ ਇਹ ਇੱਥੇ ਲੱਗਾ ਜੰਪ ਉਹ ਕੋਈ ਉਤਰਿਓ ਟ੍ਰੈਕਟਰ ਟੂਟਰ ਮਸ਼ੀਨ ਬਾਈ ਉਹ ਵਾਸ਼ਰ ਦੇ ਕਿੱਥੋਂ ਲੱਗੇ ਸਰਕਾਰੀ ਨੇ ਖਰੀਦਣਾ ਪੈਣਾ ਪਰ ਉਹ ਸਾਨੂੰ ਖਰੀਦੋਗੇ ਆਪਾਂ ਨੇ ਖਰੀਦ ਅਸੀਂ ਇੱਧਰ ਲਾਇਆ ਕਰਨੀ ਕਿਤੇ ਟਰਾਲੀ ਪਲਟਾਵੇ ਮੇਰੀ ਟਰਾਲੀ ਪਲਟਾਵੇ ਛੁੱਟਦੀ ਤੂੰ ਤਾਂ ਗੁੱਸੇ ਕਰ ਗਿਆ ਕਹਿੰਦੇ ਛੋਟੇ ਇੱਥੇ ਉਹ ਲਾ ਦਿਓ ਨਾ ਰੈਂਪ ਰੈਂਪ ਲੱਗਦਾ ਨਹੀਂ ਬਾਈ ਅੱਛਾ ਓਏ ਨੇ ਇਹਨੂੰ ਤਾਂ ਸਿੱਧਾ ਕਰੋ ਕਰਦੇ ਓਏ ਇਹਨੂੰ ਕਰੋ ਜਿਹੜਾ ਕੇ ਬੰਦਾ ਸਟੇਜ ਮਾਰ ਮੈਂ ਹੀ ਕਰ ਲੈਣਾ ਯਾਰ ਕਿਸੇ ਤੇ ਮੈਨੂੰ ਭਰੋਸਾ ਨਹੀਂ ਮੈਨੂੰ ਟੈਨਸ਼ਨਾਂ ਬਹੁਤ ਹੋ ਗਈਆਂ ਮੈਂ ਪੰਗਾ ਕਰ ਲਿਆ ਜੋਰ ਬੇਟਾ ਚਲਾ ਗਿਆ ਆ ਸਬਰਾਏ ਇਹਦਾ ਖੜਾ ਤੁਹਾਡਾ ਅੱਜ 36000 ਦੀ ਹੈ ਇਹ ਕਿਹੜਾ ਬੰਦਾ ਲਵੇ 1500 ਵਾਲੇ ਠੀਕ ਆ ਕਰੇ ਚ ਬੈਣੀ ਇਥੇ ਲਾੜ ਯਾਰ ਆਪਸ਼ਨ ਆਉਣ ਤੇ ਨਹੀਂ ਹੈ ਲਾੜ ਇਥੇ ਆਉਣ ਤੇ ਨਹੀਂ ਹੈ ਆਪਸ਼ਨ ਆਉਂਦੀ ਪਰ ਲੱਤ ਪਰ ਕਿਉਂ ਨਹੀਂ ਗਈ ਬੱਲੇ 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 ਕਿਆ ਬਾਤਾਂ ਨੇ ਏਡੀ ਛੇਤੀ ਮਸ਼ੀਨ ਸਾਡੀ ਕੰਮ ਕਰਦੀ ਹੋਵੇ ਫੈਕਟਰੀ
यार क्वांटल तो बन भी गया भाई सरकारी वाला ना कह रहा जरा उठे लोग की जाते हैं सरकारी वाला जाऊंगी यार हाँ हाँ सरकारी वाला जाऊंगी यार मंडी च हाँ जी ला रही है नू उसे क्या आप पे जाऊंगी नहीं नहीं आप पे जाऊंगी क्या नू लगे जाना पड़ेगा वही भाई जैसे क्या हेलो लालीवाल भाई हेलो मशीन जी बैठ गए कितनी है देखता कौन हाँ लाते कुपी ही नहीं थे बैटर लाऊं लगे उसे इन ऑटो लो ट्राली ट्राली नहीं है कि नहीं रोटियां प्लेटा में बढ़िया हो लगूंगा कल ना लेटा नहीं पैलेट चल पूछ है ਕੀ ਬੋਣਾ ਆ ਇਹਦੇ ਮੂਰੇ ਪਾਸ ਕਿੱਥੇ ਆ ਗਿਆ ਯਾਰ ਇਹ ਮਗਰ ਲੱਗ ਗਿਆ ਫੈਕਟਰੀ ਯਾਰ ਤੁਸੀਂ ਵੇਚ ਦਿਓ ਚਲੋ ਠੀਕ ਆ ਮਿੱਤਰੋ ਫੈਕਟਰੀ ਗੱਲ ਕਰਦੇ ਆ ਗੜ ਯਾਰ ਮੈਂ ਤਾਂ ਸਹੀ ਜਣਾ ਚਲਾ ਤੁਸੀਂ ਫੈਕਟਰੀ ਵੇਚ ਦਿਓ ਨਹੀਂ ਮਿਲਦਾ ਯਾਰ ਇੱਥੇ बिठे बैठे हैं और एक तो उठते जाना है ਲੇ ਰੋਣਾ ਨਹੀਂ ਆ ਗਿਆ ਬਸ ਮੈਂ ਡਾਊਨ ਕਰੀ ਗਿਆ ਸਮਾਨ ਤੇਰਾ ਖਰੀਦਾਂਗੇ ਕਿਲੇ ਤੈਨੂੰ ਕੋਈ ਕਹਿਤਾ ਜੀ ਸਾਰੀ 85000 ਮੇਰੇ ਤੋਂ 10000 ਜਿਹੜਾ ਦੇਣਾ ਉਹ ਨਾ ਦੇ ਜਿਹੜਾ ਤੂੰ ਨਹੀਂ ਦੇਣਾ ਨਾ ਦੇ 10000 ਜਿਹੜਾ ਦੇਣਾ ਰੱਖ ਲਈ ਕੋਈ ਨਾ ਸਾਰੀ 85000 ਦਾ ਉਹ ਤਾਂ 30000 ਹੈ 20000 ਵੀ ਕਿਦਾਂ ਰਹਿ ਗਿਆ किला वेच दे मैं कहना भाई वड गया ना भावे आहो ले ले भावे आहो ले ले जो नाल ही आ गया पैड़िया वेचण ते पानी ही पौंदा रोड ते पानी खलोंदा उहदे विच आ वेचण डोंट वरी चंगी बड़ी फसल खरीद बायोगैस पाल है ਅਲੀ ਤੂੰ ਲਾਈ ਤੱਕ ਨੂੰ ਯਾਰ ਸਿਆਪੇ ਨੂੰ ਤੇ ਕਲੇਰੀ ਲਾਉਂਦੇ ਮੈਂ ਤਾਂ ਲਾਇਆ ਨਹੀਂ ਮੰਡੀ ਚ ਕਿਹੜਾ ਬੰਦਾ ਯਾਰ ਆ ਮਸ਼ੀਨ ਨੂੰ ਧੱਕਾ ਲਾ ਦਿਓ ਯਾਰ ਕਲੇਰੀ ਹੈ ਹੈ ਕਿੱਥੇ ਨਹੀਂ ਮੰਡੀ ਆ ਜਾ ਤੇ ਕਲੇਰ ਹੈ ਉੱਥੇ ਲਵਾ ਲਾ ਗਲੇਡ ਕੋ ਟੱਕਾ ਸੌਰੀ ਸਰ ਬੰਦੇ ਨੂੰ ਪਾਰ ਟ੍ਰੈਕਟਰ ਮੰਗ ਰਿਹਾ ਦੋ ਟੱਕ ਜਿੱਦੀ ਹੋ ਜੂਗੀ ਦੂਜੇ ਪਾਸੇ ਆਪਸ਼ਨ ਨਹੀਂ ਆਉਂਦਾ
ਇਹ ਨਹੀਂ ਮੁੜਦੀ ਅੱਜ ਹੁਣ ਲਾ ਕੇ ਦੇਖੀ ਤਾਂ ਲਈ ਜਾਵੇ ਯਾਰ ਮੈਂ ਤੈਨੂੰ ਪਰਮਿਸ਼ਨ ਦਿੱਤੀ ਹੁਣ ਤੈਨੂੰ ਉਹ ਸਲਾਹ ਕਿਹਨੇ ਦਿੱਤੀ ਤਾਂ ਤੂੰ ਕਲੇਰ ਨੂੰ ਕਿਹਨੇ ਸਲਾਹ ਦਿੱਤੀ ਵੀ ਸਲਾਹ ਕਿਹਨੇ ਦਿੱਤੀ ਸਿੱਧੀ ਪਾਲਾ ਕਲੇਰ ਆ ਸਿੱਧੀ ਪਾਲਾ ਕਲੇਰ ਕਿੱਥੇ ਸਾਲਾ ਚੁੱਕਿਆ ਕੋਈ ਜਾਂਦਾ ਹੋਣਾ ਓਏ ਉਹ ਮਸ਼ੀਨ ਨਾਲ ਧੱਕਾ ਮਾਰੀ ਜਾਂਦਾ ਮੈਂ ਟਰਾਲੀ ਉਹ ਪਾਣ ਲੱਗਦਾ ਤੇ ਤੂੰ ਟਰਾਲੀ ਪਾ ਲੈ ਤੂੰ ਲੈ ਯਾਰ ਤੂੰ ਟਰਾਲੀ ਪਾ ਤੈਨੂੰ ਕਿੰਨੇ ਕਹੇ ਪਾ ਦੇਗੀ ਵਾਹ ਤੈਨੂੰ ਵੇਚਦਾ ਮੱਥਾ ਵੱਜੀ ਗਿਆ ਬੇਚਾ ਕੇ ਡਿੱਗਿਆ ਬਗੜ ਗਏ ਇੱਕ ਮਿੰਟ ਗਿਆ ਬਾਅਦ ਚ ਕੱਲ ਨੂੰ ਬਾਬਾ ਗੁਡ ਨਾਈਟ